ਠੱਕਰ ਵਾਲੀ ਏ ਬੜੇ ਬੌਲਦ ਘੋਨੇ ਉਹ ਨਹੀਂ ਗੱਲ ਭੱਜਦੇ ਤੇ ਜਿਹੜੇ ਬੌਲਦ ਪਹਿਲਾਂ ਬੜੇ ਕਿ ਭੈਣੀ ਵਾਲੇ ਭੱਜਿਆ ਲਾਸ ਪਾ ਕੇ ਲਿਜਾਇਆ ਕਰਦੇ ਤੇ ਮੈਂ ਉਹਨਾਂ ਦਾ ਵੀ ਟਾਈਮ ਲਾਇਆ ਬੁੜਤਾਂ ਦਾ ਕਿਉਂ ਭਾਈ 40 ਸਾਲ ਹੋ ਗਏ 41 ਮੰਨੋ ਬਹੁਤ ਸਮਾਂ ਹੁੰਦਾ 40-41 ਸਾਲ ਦਾ ਤੁਸੀਂ ਪਿਆਰ ਦਿੱਤਾ ਸੇਵਾ ਅਸੀਂ ਕਰੀ ਜਾਂਦੇ ਤੁਹਾਡੇ ਪਿਆਰ ਕਰਕੇ ਕਰੀ ਜਾਂਦੇ ਭਾਈ ਨਹੀਂ ਸੇਵਾ ਸਾਡੀ ਉਮਰੇ ਨਹੀਂ ਸੇਵਾ ਕਰਨ ਦੀ ਹੁਣ ਭਾਈ ਇਹ ਪਰ ਤੁਹਾਡਾ ਪਿਆਰ ਹੈ ਬਈ ਆਪਣਾ 1600 ਰੁਪਇਆ ਲੈ ਜਾਓ ਬਾਈ ਚੰਦ ਸਿੰਘ ਬੱਲੇ 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 ਧੰਨਵਾਦ ਕੋਟ ਗੰਗੂਰਾ ਏ ਜਦੋਂ ਕੋਟ ਖੇਡਾਂ ਹੁੰਦੀਆਂ ਬਾਈ ਦੇ ਘਰ ਚਾਹ ਪਾਣੀ ਦਾ ਪ੍ਰਸ਼ਾਦੇ ਦਾ ਲੰਗਰ ਚੱਲਦਾ ਹੁੰਦਾ ਜਿੱਥੇ ਬੱਚੇ ਖੜ੍ਹੇ ਹੁੰਦੇ ਹੈ ਉਹ ਇਹਨਾਂ ਦਾ ਘਰ ਹੈ ਬਾਈ ਚੰਦ ਸਿੰਘ ਕੋਟ ਗੰਗੂਰਾ ਏ ਦਾ ਕਿਤੇ ਛੋਟੀਆਂ ਗੱਲਾਂ ਨਹੀਂ ਸਤਿ ਸ਼੍ਰੀ ਅਕਾਲ ਵੀ ਕਿਆ ਹਾਲ ਹੈ ਆਪਣੀ ਮਾਇਆ ਲੈ ਜਾਓ ਭਾਈ ਗੁਰਸਰ ਕੌਂਕੇ ਵਾਲੇ ਜਾਂ ਜਨਾਲੀ ਵਾਲੇ ਆ ਜਾਣ ਆਪਣਾ 1600 ਰੁਪਇਆ ਪ੍ਰਾਪਤ ਕਰ ਲਓ ਜੀ ਇਹ ਮਾਇਆ ਲੱਗੀ ਤੀ ਜਿਹੜੇ ਪੈਸੇ ਲੱਗੇ ਤੇ ਗਗਨ ਅਤੇ ਜੁਝਾਰ ਸਾਡਾ ਵੀ ਮਿੱਤਰ ਵੀ ਹੈ ਇਹ ਮੁਲਾਜ਼ਮ ਵੀ ਹੈ ਦੋਸਤ ਵੀ ਹੈ ਪਿਆਰ ਵੀ ਹੈ ਗਗਨ ਵੀ ਸਾਡਾ ਛੋਟਾ ਭਾਈ ਹੈ ਇਹਨਾਂ ਨੇ ਭਾਈ ਇਹ 1100 ਰੁਪਇਆ ਲਾਇਆ ਤਾਂ ਦੋਹਾਂ ਨੇ ਬਾਕੀ ਜਿਹੜੀ ਮਾਇਆ 500 ਰੁਪਇਆ ਇਹ ਪੰਜੇ ਸ਼ਬਦਾਂ 'ਚ 500 ਰੁਪਇਆ ਇਹ ਸਰਦਾਰ ਦਲਜੀਤ ਸਿੰਘ ਕੜੂਆ ਸਰਦਾਰ ਪੰਮਾ ਭੂਰੜੇ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ ਸਰਦਾਰ ਮਨਪ੍ਰੀਤ ਸਿੰਘ ਕੜੂਆ ਸਰਦਾਰ ਗੁਰੀ ਬਬਨਾੜਾ ਸਰਦਾਰ ਸਨੀ USA ਸਰਦਾਰ ਬੱਲਾ ਬੀਵੀ ਪਰ ਸਰਦਾਰ ਸੱਤਾ ਕੜੂਆ ਇਹ ਸ਼ਬਦ 'ਚ ਵੀ 500 ਰੁਪਇਆ ਉਹਨਾਂ ਵੱਲੋਂ ਜੀ ਸਰਦਾਰ ਹਾਕਮ ਸਿੰਘ ਜੀ ਬੱਲੇ ਬੱਲੇ ਆਏ ਹੋਏ ਆ ਭਾਈ ਧੰਨਵਾਦ ਇਹ ਹਾਕਮ ਸਿੰਘ ਹਨ ਜਿਹੜੇ ਬਾਬਾ ਜੀ ਦੇ ਨਾਲ ਉਹਨੇ ਘੋੜੀ ਵਰਗਾ ਬਹੁਤ ਤਾਂ ਘੋੜੀ ਵਰਗਾ ਪੀੜਾ ਧੰਨ ਧੰਨ ਕਰਾ ਕੇ ਰੱਖੀ ਖੇਡਾਂ ਦੇ ਵਿੱਚ ਨਾਲ ਆ ਰਹੇ ਸੰਤ ਬਾਬਾ ਕਰਮ ਸਿੰਘ ਜੀ ਨਦਰਪੁਰ ਇਹ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਸੇੜੀ ਮਹਾਂਪੁਰਸ਼ ਜਦੋਂ ਸਾਡੇ ਖੇਡ ਚਰਨ ਪਾਦ ਨੇ ਸੰਤ ਚਾਓ ਚੜ੍ਹ ਜਾਂਦਾ ਚਾਓ ਇਹ ਸੰਤ ਬਾਬਾ ਕਰਮ ਸਿੰਘ ਜੀ ਖੇਡਣ ਵਿੱਚ ਆਏ ਹੋਏ ਧੰਨਵਾਦ ਕਰਦੇ ਹਾਂ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਜਿੱਥੇ ਕਹਿੰਦੇ ਖੱਚਰਾਂ ਅਲੋਪ ਹੋ ਗਈਆਂ ਤੀਆਂ ਗੰਗੂ ਪੰਡਿਤ ਬੇਈਮਾਨ ਹੋ ਗਿਆ ਤਾਂ ਉਸ ਗਊ ਘਰ ਦੀ ਸੇਵਾ ਕਰ ਰਹੇ ਹੈ ਗੁਰੂ ਘਰ ਦੀ ਸੇਵਾ ਕਰ ਰਹੇ ਹੈ ਸੰਤ ਬਾਬਾ ਕਰਮ ਸਿੰਘ ਜੀ ਨਸਰਪੁਰ ਵਾਲੇ ਧੰਨਵਾਦ ਬਾਬਾ ਜੀ ਬੜੀ ਤੁਹਾਡੀ ਮਿਹਰਬਾਨੀ ਆਖਰੀ ਸ਼ਿਫਟ ਹੈ ਜੀ ਇਹਦੇ ਨਾਲ ਮੇਲੇ ਨੇ ਸਮਾਪਤ ਹੋ ਜਾਣਾ ਨੋਟ ਕਰ ਲਓ ਮੇਰੀ ਬੇਨਤੀ ਹਾਂ ਜੀ ਬਈ ਮੈਂ ਫਿਰ ਧੰਨਵਾਦੀ ਉਹਨਾਂ ਵੀਰਾਂ ਦਾ ਜਿਹਨਾਂ ਦਾ ਬਹੁਤ ਵੱਡਾ ਮਿੱਤਰੋਂ ਮਾਣ ਹੈ ਬਹੁਤ ਮਿੱਤਰੋਂ ਕਹਿੰਦੇ ਨੇ ਛੋਟੀ ਜਿਹੀ ਗੱਲ 21,000 ਰੁਪਈਆ ਮੈਂ ਜਿੱਥੇ ਸਨੀ ਦਾ ਧੰਨਵਾਦ ਕਰਦਾ ਉਸ ਪਰਿਵਾਰ ਦਾ ਵੀ ਧੰਨਵਾਦ ਕਰਦਾ ਸਨੀ USA ਬਾਹਰ ਬੈਠੇ ਹੋਣਗੇ ਆਏ ਹੋਣਗੇ ਜੇ ਬਾਹਰ ਬੈਠੇ ਜਿੱਥੇ ਮੈਂ ਸਨੀ ਦਾ ਧੰਨਵਾਦ ਕਰਦਾ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ 21,000 ਰੁਪਇਆ ਸਨੀ USA ਵੱਲੋਂ ਹੈ 15,000 ਰੁਪਇਆ ਸਰਦਾਰ ਕਰਵਿੰਦਰ ਸਿੰਘ ਜੀ ਢਿੱਲੋਂ ਵੱਲੋਂ ਹੈ ਕਰਵਿੰਦਰ ਸਿੰਘ ਜੀ ਢਿੱਲੋਂ ਤੁਹਾਡੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹੈ ਬੱਲਾ ਬੀਵੀ ਪਰ ਜਿੱਥੇ ਬੱਲੇ ਦਾ ਧੰਨਵਾਦ ਕਰਦੇ ਹਾਂ ਉਸ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ 11,000 ਰੁਪਏ ਉਹਨਾਂ ਵੱਲੋਂ ਵੀ ਹੈ ਮੈਂ ਧੰਨਵਾਦੀ ਇਹਨਾਂ ਵੀਰਾਂ ਦਾ ਮਿੱਤਰੋ ਇਹ ਆ ਮਾਣ ਕਿਉਂ ਦੇ ਜਾਇਆਂ ਦਾ ਸਤਿ ਸ਼੍ਰੀ ਅਕਾਲ ਬਈ ਮੈਂ ਧੰਨਵਾਦ ਦਿਆਂ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਸਾਨੂੰ ਕੰਮ ਹੋ ਗਿਆ ਤਾਂ ਫੋਨ ਕਰਿਆ ਅਸੀਂ ਕਿਹਾ ਕੋਈ ਬਿਜੀ ਤਾਂ ਨਹੀਂ ਕਹਿੰਦੇ ਬਿਜੀ ਬੁਜੀ ਨੂੰ ਮਾਰੋ ਗੋਲੀ ਮੈਂ 5 ਮਿੰਟ 'ਚ ਆਇਆ ਤੁਹਾਡੇ ਕੋਲ ਮੈਂ ਹੈਰਾਨ ਵੀ 5 ਮਿੰਟ 'ਚ ਪਹੁੰਚ ਕੇ ਮੈਂ ਗਏ ਯਾਰ ਕੱਪੜੇ ਕਿਹਨੇ ਪਾ ਲਏ ਨਹੀਂ ਛੇਤੀ 5 ਮਿੰਟ ਸਾਡੇ ਕੋਲ ਕਹਿੰਦਾ ਚਲੋ ਤੁਰੋ ਆਓ ਚੱਲੀਏ ਬਈ ਮੈਂ ਧੰਨਵਾਦ ਦਿਆਂ ਸਰਦਾਰ ਜਰਨੈਲ ਸਿੰਘ ਉਹਨਾਂ ਦਾ ਉਹਨਾਂ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਜਰਨੈਲ ਸਿੰਘ ਜੀ ਬੜੀ ਤੁਹਾਡੀ ਮਿਹਰਬਾਨੀ ਲਓ ਜੀ ਮਸਤਾਕ ਸਿੰਘ ਚੱਲੀਆਂ ਸਾਡਾ ਛੋਟਾ ਵੀਰ ਹੈ ਉਹਨਾਂ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਲਓ ਜੀ ਗੁਪਤ ਪਰ ਕੇ ਨੀਂਦ ਨਾ ਸੋਈ
ਗੋਵਤੀ ਜਸ ਕਰ ਗਏ ਨਾ ਲੈਣ ਦਾ ਹੁਕਮ ਨਹੀਂ ਕੋਈ ਉਹ ਵੀ ਸਪੈਸ਼ਲ ਨਾਮ ਦੇ ਕੇ ਗਏ ਸਾਡੇ ਕੰਮ ਤੋਂ ਖੁਸ਼ ਹੋ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਦਾਰ ਜਿੰਦੀ ਸੇਹੜੀ ਯੂਐਸਏ ਸਰਦਾਰ ਦੀਪਾ ਕਾਲੋ ਯੂਐਸਏ ਸਰਦਾਰ ਅੰਮ੍ਰਿਤਪਾਲ ਸਿੰਘ ਯੂਐਸਏ ਜਿਹਨਾਂ ਨੇ 1 ਲੱਖ ਰੁਪਏ ਦੀ ਮਦਦ ਦਿੱਤੀ ਹੈ ਸੇਹੜੀ ਵਾਲਿਓ ਮੈਂ ਤਾਂ ਥੋੜ੍ਹੇ ਨਿਕਲਦਾ ਹੀ ਔਰ ਉਸ ਪਰਿਵਾਰ ਦਾ ਜਿੰਦੀ ਸੇਹੜੀ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਦੀਪਾ ਕਾਲੋ ਜਿਹਦੇ ਦੀਪੇ ਦਾ ਧੰਨਵਾਦ ਕਰਦੇ ਹਾਂ ਉਹ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਯੂਐਸਏ ਅੰਮ੍ਰਿਤਪਾਲ ਦਾ ਵੀ ਧੰਨਵਾਦ ਕਰਦੇ ਹਾਂ 1 ਲੱਖ ਰੁਪਏ ਦੀ ਮਦਦ ਦਿੱਤੀ ਹੈ ਜਹਾਰ ਸਿੰਘ ਘੜੂਆ ਗਗਨ ਘੜੂਆ ਵੱਲੋਂ ਵੀ 1100 ਰੁਪਏ ਦਾ ਸ਼ਿਫਟ ਦਾ ਬਈ ਧੰਨਵਾਦ ਇਕਤਾਲੀ ਨੰਬਰਾਂ ਤੱਕ ਭਾਈ ਨਾਮ ਹੈ 20 ਨਕਦ ਨਾਮ ਹੈ 21 ਚੁੱਲ ਹੈ 41 ਪਰਚੀਆਂ ਦੇਣੀਆਂ ਆਪਾਂ ਨੇ ਧਿਆਨ ਰੱਖਿਓ ਪਰਚੀਆਂ ਬਣਾਉਂਦੇ ਇਹ ਜਿਹੜਾ ਖੇਡ ਮੇਲਾ ਮਿੱਤਰੋ ਸਾਰੇ ਨਗਰ ਦਾ ਨਗਰ ਪੰਚਾਇਤ ਦਾ ਨੰਬਰਦਾਰ ਵੀਰਾਂ ਦਾ ਇਹ ਤਹਿਲ ਫੁੱਲ ਜੋ ਸਰਿਆ ਜਿੰਨੀ ਕੁ ਜਾਇਜ਼ ਹੁੰਦੀ ਦਿੱਤਾ ਸਾਰੇ ਨਗਰ ਦਾ ਮੇਲਾ ਹੈ ਘੜੂਏ ਦਾ ਕੋਈ ਇੱਕ ਦਾ ਨਹੀਂ ਹੈਗਾ ਜੇ ਆਪਾਂ ਕਹੀਏ ਵੀ 2-4 ਮੁੰਡਿਆਂ ਦਾ ਖੇਡ ਮੇਲਾ ਸਾਰੇ ਨਗਰ ਦਾ ਨਗਰ ਦੀ ਖੇਡ ਜਿਹੜੀ ਵੱਡੀ ਹੁੰਦੀ ਹੈ ਨਗਰ ਜਿਹੜਾ ਮੇਲਾ ਕਰਾਉਂਦਾ ਹੈ ਇਹ ਬੁਰਾ ਬਣਾ ਮੰਨਿਓ ਸਾਡਾ ਵੀ ਇਹ ਫੈਸਲਾ ਪਾਰਟੀ ਦਾ ਵੀ ਜਿਹੜੀ ਖੇਡ ਨਗਰ ਕਰਾਉਂਦਾ ਅਸੀਂ ਉਹ ਖੇਡ 'ਚ ਹਾਜ਼ਰ ਹੋਣਾ ਜਿਹੜਾ 1-2 ਪਰਿਵਾਰ ਕਰਾਉਂਦੇ ਹਾਂ ਉਹ ਖੇਡ 'ਚ ਅਸੀਂ ਨਹੀਂ ਹਾਜ਼ਰੀ ਦੇਣੀ ਬਈ ਸਾਰੇ ਨਗਰ ਦੀ ਜਿਹੜੀ ਖੇਡ ਹੈ ਉਹ ਖੇਡ ਭਜਾਉਣ ਦਾ ਸਵਾਦ ਹੀ ਕਸੂਰ ਹੁੰਦਾ ਭਾਈ ਨਗਰ ਦਾ ਨਗਰ ਹੈ ਇੱਕ ਬੰਦਾ ਵੀ ਕਦੇ ਬੜਾ ਹੋਇਆ ਨਗਰੇ ਨਾਲ ਬੜਾ ਹੈ ਹੁਣ ਇਹ ਨਹੀਂ ਹੋਇਆ ਭਾਈ ਜਿਹਨੀ ਕਿ ਮੇਰੇ ਪਾ ਗੁਜਾਇਸ਼ ਹੈ ਜੇ ਮੈਂ 50 ਰੁਪਏ ਦੇ ਤੇ ਬਹੁਤ ਹੈ ਭਾਈ ਕੋਈ 100 ਵਾਲਾ ਕਿਸੇ ਨੇ 1000 ਦੇ ਦੇਣਾ ਲੱਖ ਵਾਲੇ ਵੀ ਹੈ ਵਿਚਾਰੇ ਇਹ ਪੈਸੇ ਤਾਂ ਆਪਣੀ ਪਹੁੰਚ ਨਾਲ ਦੇਣੇ ਜਿੰਨੀ ਕੁ ਪਹੁੰਚ ਉਹਨੇ ਪੈਸੇ ਦੇਣੇ ਸੋ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ ਘੜੂਏ ਨਗਰ ਨਾਲ ਮੇਰੀ ਬਹੁਤ ਪੁਰਾਣੀ ਸਾਂਝ ਹੈ ਜੱਸਾ ਸਪੁੱਤਰ ਹਨੇਕ ਸਿੰਘ ਹਸਨਪੁਰ ਸਮਾਂ ਦੂਰ ਨਹੀਂ ਉਹ ਜਵਾਨ ਵੀ ਬਹੁਤ ਛੇਤੀ ਖੇਡਾਂ 'ਚ ਕੋਕੇ ਲਾ ਦੂ ਕੋਕੇ ਬਹੁਤ ਆਵਲਾ ਹੈ ਹਾਲੇ ਅਸੀਂ ਉਹ ਰੁਕੀ ਜਾਂਦੇ ਬਈ ਤੂੰ ਰਹਿਣ ਦੇ ਹਾਲੇ ਮੱਲਾ ਤੂੰ ਆਪਣੀ ਨੌਕਰੀ ਕਰ ਲੈ ਫਿਰ ਲੈ ਲਈ ਆ ਕੇ ਨਹੀਂ ਕੱਦਾ ਬੱਚੇ ਕਈ ਬੰਨ ਹੁੰਦਾ ਨੇਕ ਦੇ ਸਿਰਾਣੇ ਲਿਆ ਕੇ ਉਹ ਐਡਾ ਚਾਹ ਉਹਨੂੰ ਵੀ ਇੱਧਰ ਜਗਜੀਤ ਸੋਨੀ ਸਮਾਣਾ ਸਾਡੇ ਨਵੇਂ ਬੱਚੇ ਆ ਭਾਈ ਉਹਨਾਂ ਨੂੰ ਵੀ ਸ਼ੌਂਕ ਹੈ ਬਾਹਰ ਦੇ ਖਰਚਾ ਪਾਣੀ ਭੇਜਦੇ ਤਾਂ ਹੀ ਬਹੁਤ ਪਾਦੇ ਕਿਤੇ ਐਵੇਂ ਪਾਦੇ ਸੋ ਧੰਨਵਾਦ ਸਾਰੇ ਘੜੂਏ ਨਗਰ ਦਾ ਬਹੁਤ ਪੁਰਾਣੀ ਸਾਂਝ ਮੇਰੀ ਇਸ ਪਿੰਡ ਦੇ ਨਾਲ 1 ਸਾਲ ਮੈਨੂੰ ਰਾਮ ਕਿਸ਼ਨ ਉਹਨੀ ਆਪਦੀ ਬੱਗੀ ਪਰ ਬਿਠਾਲ ਕੇ ਲਿਆਏ ਉੱਧਰ ਤੇ ਸੜਕ ਇੰਨੀ ਤੇ ਘੋੜੀ ਜੋੜੀ ਹੋਈ ਬੱਗੀ ਨੂੰ ਕਹਿੰਦੇ ਵੀ ਇਹਦੇ ਉੱਪਰ ਬੈਠ ਕੇ ਜਾਣਾ ਮੇਲੇ ਨੂੰ ਇਸੇ ਰਾਹ ਦੇ ਵਿੱਚ ਉਸ ਸਾਲ ਵੀ ਬਹੁਤ ਭੱਜੇ ਤੇ ਆਪਣੇ ਸੋ ਇਲਾਕਾ ਨਿਵਾਸੀ ਵੀਰੋ ਜਿੱਥੇ ਮੈਂ ਘੜੂਏ ਨਗਰ ਦਾ ਧੰਨਵਾਦ ਕਰਦਾ ਸਾਰੇ ਇਲਾਕੇ ਦਾ ਵੀ ਧੰਨਵਾਦ ਕਰਦਾ ਸ਼ਿਫਟ ਬਈ ਆਖਰੀ ਆ ਧਿਆਨ ਨਾਲ ਸੁਣ ਲਓ ਬੇਨਤੀ ਜੋ ਕੋਈ ਬੰਦਾ ਆ ਕੇ ਕਹੇ ਖੜੇ ਹੈ ਜੀ ਜਾਣੇ ਹੈ ਜੀ ਨਹੀਂ ਜਾਣਗੇ ਹੁਣ ਨਹੀਂ ਜਾਣਗੇ ਇਹ ਸ਼ਬਦ ਆਖਰੀ ਹੈ ਆਖਰੀ ਦਾ ਮਤਲਬ ਆਖਰੀ ਹੈ 5 ਸ਼ਬਦਾਂ ਪੰਜਵੀਂ ਚਲੇ ਗਈ ਹੈ ਪੰਜੇ ਵੱਜਣੀ ਹੈ ਹਾਂਜੀ 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 ਅੱਛਾ ਅੱਛਾ ਧੰਨਵਾਦ ਜੀ ਧੰਨਵਾਦ ਚੱਲ ਵਾਲੇ ਪੁਰਾਣੇ ਪੁਰਾਣੇ ਮਿੱਤਰ ਆ ਪਿੰਡ ਮੇਰਾ ਪੁਰਾਣਾ ਮਿੱਤਰ ਬਈ ਚਹਿਲ ਵਾਲਾ ਵੀਰਾਂ ਦਾ ਵੀ ਧੰਨਵਾਦ ਚਹਿਲਾ ਪਿੰਡ ਵੀ ਪੁਰਾਣਾ ਮੇਰਾ ਦੋਸਤ ਪਿੰਡ ਹੈ ਕਦੇ ਪੀੜਿਓ ਨਹੀਂ ਭੱਜੇ ਬੜੇ ਮੇਲੇ ਕਰਾਏ ਹੈ
ਮੈਂ ਤੁਹਾਨੂੰ ਇੱਕ ਬਈ ਚਹਿਲਾ ਪਿੰਡ ਦੀ ਵੀ ਗੱਲ ਸੁਣਾਉਣਾ, ਚਹਿਲਾ ਪਿੰਡ ਦੀ। ਮੈਂ ਸੋਚਿਆ ਵੀ ਮੇਰੀ ਘੜੀ ਪਰ ਬੁੜਦ ਵਾਲਿਆਂ ਨੂੰ ਔਰ ਦਰਸ਼ਕ ਵੀਰਾਂ ਨੂੰ ਕਿੱਡਾ ਕੁ ਵਿਸ਼ਵਾਸ ਹੈ, ਮੈਂ ਅੱਜ ਆਪਦਾ ਵਿਸ਼ਵਾਸ ਦੇਖਣਾ। ਆਹ ਜਿਵੇਂ 21-20-94 ਲੱਗਿਆ ਹੈ, ਮੈਂ ਇੱਕ ਸਕਿੰਟ ਦਾ ਪਾੜਾ ਰੱਖ ਲਿਆ ਸਾਰਿਆਂ ਵਾਸਤੇ ਵੀ ਇਸ਼ਾਰੀਏ ਸਹੀ ਰੱਖਣੇ ਆ, ਸਕਿੰਟ ਮੂਹਰੇ ਕਰ ਲਿਆ। ਜੇ 22 ਲੱਗਿਆ ਮੈਂ 21 ਨਾਲ ਮੂਹਰੇ ਬੋਲਣਾ, 24 ਲੱਗਿਆ 23 ਨਾਲ ਬੋਲਣਾ, ਕਿਉਂ ਜਿਹੜੇ ਇਸ਼ਾਰੀਏ ਤੇ ਉਹ ਸਹੀ ਬੋਲਣੇ ਪੈਣੇ। ਤੇ ਸਾਰੀ ਖੇਡ ਭੱਜ ਗਈ, ਮੈਨੂੰ ਨਹੀਂ ਕਿਸੇ ਨੇ ਕਿਹਾ ਜਾਂ ਨਾਮ ਵੰਡਣ ਲੱਗੇ। ਮੈਂ ਕਿਹਾ ਮਿੱਤਰੋ ਬਾਕੀ ਤੁਹਾਨੂੰ ਤਾਂ ਵਿਸ਼ਵਾਸ ਹੈ, ਮੈਂ ਇੱਕ ਸਕਿੰਟ ਦੇ ਪਾੜੇ ਨਾਲ ਵੋਟ ਭਜਾ ਤੇ, ਤੁਸੀਂ ਮੈਨੂੰ ਕਿਹਾ ਹੀ ਨਹੀਂ। ਫਿਰ ਮੈਨੂੰ 8-10 ਨੇ ਕਿਹਾ ਯਾਰ, ਅਸੀਂ ਵੀ ਕਿਹਾ ਵੀ ਫਰਕ ਆ ਤਾਂ ਅੱਜ ਟਾਈਮ 'ਚ ਜੇ ਤਾਰ ਤਾਂ ਦੇਖੋ ਸਹੀ ਹੋਈ, ਜੇ ਤਾਰ ਤਾਂ ਇਸ਼ਾਰੀਆਂ ਨੇ ਕਰਨੀ ਸੀ, ਅਸੀਂ ਸਾਰਿਆਂ ਨੂੰ ਸਕਿੰਟ ਦੇ ਦਿੱਤਾ, ਸਾਰੇ ਜਿੰਨੀਆਂ ਗੱਡੀਆਂ ਭੱਜੀਆਂ। ਪਰ ਮੈਨੂੰ ਕਿਸੇ ਨੇ ਨਹੀਂ ਆ ਕੇ ਕਿਹਾ ਵੀ ਮਾਸਟਰ ਤੇਰੀ ਘੜੀ ਕੁਛ ਕਹਿੰਦੀ, ਸਾਡੀ ਕੁਛ ਕਹਿੰਦੀ ਹੈ। ਜਦੋਂ ਮੈਂ ਬਾਅਦ 'ਚ ਗੱਲ ਕਲੀਅਰ ਕਰੀ, ਹੈਰਾਨ ਹੋਏ, ਕਹਿੰਦੇ ਵੀ ਵਾਕਿਆ ਮਾਸਟਰ ਜੀ ਸਾਡੇ ਹਿੰਮਤ ਨਹੀਂ ਪਈ ਵੀ ਯਾਰ ਵੀ ਮਾਸਟਰ ਗਲਤ ਨਹੀਂ ਹੋਊਗਾ, ਇਹ ਤਾਂ ਵੱਡਾ ਮਾਣ ਮੈਨੂੰ ਹੋਰ ਕਿਆ ਹੋ ਸਕਦਾ ਤੁਹਾਡੇ ਪਰ। ਭਾਈ ਮੰਦਰ ਹੈ, ਮੰਦਰ ਦੇ ਪਿਛਲੇ ਪਾਸੇ ਜਾ ਕੇ ਚਹਿਲਾ ਭੱਜੇ, ਤੇ ਜਸਵੰਤ ਸਿੰਘ ਚਹਿਲਾ ਉਹਨਾਂ ਦਾ ਪੀਲਾ ਭੱਜਿਆ, ਫਿਰ ਕਰਨੈਲ ਸਿੰਘ ਸਰਪੰਚ ਸਰਾਂ ਕੋਲ ਚਲੇ ਗਿਆ ਤਾ, 5 ਬਾਲ ਕਰ ਲਏ ਤੇ ਇੱਕ ਤਾਂ ਬਲਵੀਰ ਸਿੰਘ ਗੜਾਂਗਾ ਫੌਜੀ ਵਾਲਾ ਦੇ ਗਿਆ ਤਾ, ਇੱਕ ਪੀਲਾ ਜਿਹੜਾ ਮੈਂ ਕਹਿੰਦਾ ਚਹਿਲਾ, ਇੱਕ ਪੀਲਾ ਉਹਨੇ ਸਾਧੂ ਸਿੰਘ ਸ਼ੇਰਪੁਰ ਛੋਟੀਆਂ 'ਤੇ ਲੈ ਲਿਆ, ਇੱਕ ਬਹੁਤ ਪਾਈ ਉਹਨਾਂ ਨੇ ਖੇੜੀ ਵਾਲਾ ਲੈ ਲਿਆ, ਕਹਿਰੀਆਂ ਦੇ 5 ਬਹੁਤ ਕਰਨੈਲ ਸਿੰਘ ਸਰਪੰਚ ਜੱਸਣਾ ਕੋਲ, ਜਿਹੜੇ ਪਿੰਡ ਖੇਡ ਹੋਣੀ ਜੇ ਪਿੰਡ ਵਾਲਿਆਂ ਨੇ ਕਹਿਣਾ ਸਰਪੰਚ ਸਾਹਿਬ ਅਸੀਂ ਬਹੁਤ ਜੋੜਨਾ, ਜਿਹੜਾ ਮਰਜ਼ੀ ਜੋੜਿਓ, ਜਿਹੜਾ ਮਰਜ਼ੀ ਪੰਜਾਂ 'ਚ ਚੰਗਾ ਲੱਗਦਾ। ਇਹ ਜੰਡੂ ਸੱਚੀ ਜੰਡੂ ਵੀ ਤਾਂ ਇੱਕ 5 ਬਹੁਤ 'ਤੇ ਇਕੱਠੇ ਜਾਂ ਭਾਦੇ ਪਰਿਵਾਰ ਦੇ 5 ਬਹੁਤ ਭਾਦੇ ਹੋਣਗੇ, ਛੋਟੀ ਜਿਹੀ ਗੱਲ। ਇਹ ਸ਼ੌਂਕ ਹੈ ਭਾਈ, ਸ਼ੌਂਕ ਹੈ, ਸ਼ੌਂਕ ਕਰੋ ਨਾ, ਖਾਲੀ ਖੇਡ ਸ਼ੁਰੂ ਕਰ ਦਈਏ ਬਈ। ਛੋਟੇ ਵੀਰੋ ਰਾਹ 'ਤੇ ਬਾਹਰ ਹੋਏ ਸਾਰੇ, ਬਾਈ ਜੀ ਹੋ ਜਾਓ ਮਗਰ ਨੂੰ, ਉੱਠੋ ਮੇਰਾ ਵੀਰ, ਉੱਠੋ ਭਾਈ, ਰਾਹ ਦੇ ਨੇੜੇ ਨਾ ਬੈਠੋ, ਉੱਠ ਜਾਓ ਬਾਈ, ਉੱਠ ਜਾਓ, ਧੰਨਵਾਦ ਬਾਜ, ਉੱਠ ਜਾਓ ਜੀ, ਉੱਠ ਜਾਓ। ਮੇਰਾ ਜੀ ਤਾਂ ਨਹੀਂ ਕਰਦਾ ਹੁੰਦਾ ਮੇਰਾ ਵੀ ਕਿਵੇਂ ਠਾਲਾਂ, ਪਰ ਮੈਂ ਮਜਬੂਰ ਹਾਂ ਛੋਟੇ ਭਾਈ, ਮਜਬੂਰ ਹੈ। ਮੈਨੂੰ ਬਾਰ ਬਾਰ ਆ ਕੇ ਵੀ ਤੰਗ ਕਰਦਾ ਆਪਣਾ ਭਾਈਚਾਰਾ, ਤੂੰ ਕਹਿੰਦਾ ਨਹੀਂ ਮਾਸਟਰ, ਜਾਂ ਫਿਰ ਕਹਿਣਗੇ ਵੀ ਹੋਰ ਦੀ ਵਾਰੀ ਨੂੰ ਕਹੀ ਗਿਆ, ਸਾਡੀ ਵਾਰੀ ਨੂੰ ਕਿਹਾ ਹੀ ਨਹੀਂ। ਸੋ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ, ਜਿਵੇਂ ਪਹਿਲਾਂ ਬੈਠੇ ਤੇ ਹੁਣ ਤਾਂ ਘੜੀ ਉਹ ਚੰਦ ਗੜੀਆਂ ਦੀ, ਹੁਣ ਤਾਂ ਖੇਡ ਚੰਦ ਘੜੀਆਂ ਦੀ ਰਹਿ ਗਈ, ਚੰਦ ਘੜੀਆਂ ਦੀ ਖੇਡ ਰਹਿ ਗਈ, ਸਿਰਫ ਚੰਦ ਘੜੀਆਂ ਨੇ, ਰੌਣਕ 2 ਘੜੀਆਂ, ਇਹ 2 ਘੜੀਆਂ ਦਾ ਰੌਣਕ ਮੇਲਾ ਬਾਕੀ ਹੈ। ਅਸੀਂ ਆਪਦੇ ਨਗਰ ਘੜੂਏ ਵੱਲੋਂ, ਸਾਰੇ ਨਗਰ ਵੱਲੋਂ, ਬਾਹਰੋਂ ਆਏ ਸਾਰੇ ਦਰਸ਼ਕ ਵੀਰਾਂ ਦਾ, ਗੜਵਾਨ ਵੀਰਾਂ ਦਾ, ਬੈਦਲਾਕ ਵੀਰ ਜਿਹੜੇ ਪੁੱਤਾਂ ਵਾਂਗੂ ਪਾਲ ਕੇ ਮੇਲਿਆਂ 'ਚ ਲਿਆ ਕੇ ਸਾਡਾ ਸ਼ਿੰਗਾਰ ਬਣਾਉਂਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਵੱਡਾ ਧੰਨਵਾਦ ਕਰਦਾ ਜਿਹਨਾਂ ਦੇ ਨਾਲ ਖੇਤ ਲੱਗਦੇ ਹੈ, ਵਿੱਚ ਮਾੜਾ ਮੋਟਾ ਨੁਕਸਾਨ ਵੀ ਹੋ ਜਾਣਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸੰਗਤ ਦੇ ਚਰਨ ਪੈ ਗਏ, ਵੈਸੇ ਭਾਗ ਲੱਗ ਗਏ, ਕਣਕ ਦਾ ਝਾੜ ਦੇਖਿਓ ਕਿੰਨਾ ਹੋਣਾ ਹੈ, ਆਲੂ ਵਾਲੇ ਵੀਰ ਦੇ ਆਲੂ ਦੇਖਿਓ ਕਿੰਨੇ ਨਿਕਲਣੇ, ਇਹ ਸੰਗਤ ਹੈ। ਬਾਈ ਜੀ ਕਰੋ ਰਾਹ ਖਾਲੀ, ਰਾਹ ਖਾਲੀ ਕਰ ਦਿਓ ਭਾਈ। ਮੈਂ ਮਾਲਵਾਡੀ ਕਾਮ ਜਿਹੜੇ ਤੁਹਾਨੂੰ ਲਾਈਵ 'ਤੇ ਖੇਡ ਦਿਖਾ ਰਹੇ, ਉਹਨਾਂ ਦਾ ਵੀ ਧੰਨਵਾਦ ਕਰਦਾ, ਆਪਣੇ ਸਾਊਂਡ ਵਾਲੇ ਵੀਰ ਦਾ ਧੰਨਵਾਦ ਕਰਦਾ। ਲਓ ਜੀ ਤਿਆਰੀ ਆ, ਇੱਧਰ ਆ ਜਾਓ ਬਿੱਟੂ ਕੋਲ ਆ ਜਾਓ, ਗਗਨ ਇੱਧਰ ਆ ਜਾ, ਮਨ ਤਿਆਰੀ ਆ ਭਾਈ। ਕੁਲਵਿੰਦਰ ਘੜੂਆ, ਜੀਤੀ ਘੜੂਆ, ਮਨ ਪੀਤਾ, ਗਗਨ, ਗਗਨ ਜੀਤੀ, ਮਨ ਪੀਤਾ ਢਿੱਲੋਂ, ਮੱਲਾ, ਬੀਬੀ ਪਰ, ਇਹ ਸ਼ਿਵੜ 'ਚ ਕਿੰਨਾ ਦਿੱਤਾ ਜੀ? 2500, 500 ਪਹਿਲਾਂ, 3000 ਰੁਪਇਆ ਸ਼ਿਵੜ ਦਾ ਬਈ, ਇਹ ਸ਼ਿਵੜ 'ਚ ਮੇਰੇ ਵੀਰਾਂ ਨੇ ਆ ਗਈ ਭਾਈ। ਗਗਨ ਜੀਤੀ, ਮਨ ਪੀਤਾ, ਬੱਲਾ, ਲਓ ਜੀ 2500।
ਕਿਹੜੀ ਆਉਂਦੀ ਬਈ? ਇੱਕੀ ਤਰਿਆਸੀ ਦਾ ਸਮਾਂ ਜੀ, 1183 ਮਨਵਿੰਦਰ ਸਿੰਘ ਬਡਵਾਲੀ, ਇਹ ਸਾਡੇ ਵੱਲ ਬਡਵਾਲੀ ਵਾਲਾ ਬੱਚਾ ਭੱਜ ਗਿਆ, ਪਰਲੇ ਬੰਨੇ ਮਨਜੀਤ ਸਿੰਘ ਸ਼ਾਂਤਪੁਰ ਰੋਡਾ ਕਾਈਨੌਰ ਹਨੀ ਮਡੋਲੀ ਬੈਲੀ ਢੋਲਣ ਮਾਜਰਾ, ਸਰਦਾਰ ਸੁੱਚਾ ਸਿੰਘ ਉਹਨਾਂ ਦੇ ਸਪੁੱਤਰ ਨੇ ਬੈਲੀ ਢੋਲਣ ਮਾਜਰਾ। ਗੱਡੀ ਆ ਗਈ ਭਾਈ, ਕਿੱਡਾ ਹੋ ਜਾਓ, ਗੱਡੀ ਆ ਗਈ। ਇੱਕ ਨਿੱਕੇ ਜਿਹੇ ਰਾਜੇ ਨੇ ਚਲਾਈ ਰੇਲ ਜੀ, ਧਰਤੀ ਚੋਂ ਕੱਢਿਆ ਮਿੱਟੀ ਦਾ ਤੇਲ ਜੀ। ਉਹ ਬਾਈ ਇੱਧਰ ਆ ਜਾ, ਛੋਟੇ ਬਾਈ ਇੱਧਰ ਆ ਜਾ, ਮਿਲ ਅੱਗ ਲਾ ਕੇ ਫੂਕ ਦਿਓ ਮਿੱਟੀ ਦੇ ਤੇਲ ਨੂੰ, ਕੌਣ ਪਾਣੀ ਪਾਊਗਾ ਫੁੱਲਾਂ ਦੀ ਵੇਲ ਨੂੰ। ਇਹ ਆਖਰੀ ਸ਼ਿਫਟ ਹੈ ਜੀ, ਆਖਰੀ ਸ਼ਿਫਟ ਦਾ ਮਤਲਬ ਆਖਰੀ ਸ਼ਿਫਟ ਹੈ, ਜ਼ਿੰਦਗੀ ਰਹੀ। 5 ਤਰੀਕ ਨੂੰ ਫਿਰ ਮਿਲਾਂਗੇ ਤੁਹਾਨੂੰ ਭਾਈ, ਪਿੰਡ ਧਮੋਟ ਦੀ ਖੇਡ ਦੇ ਵਿੱਚ। ਇਹ ਧਮੋਟ ਪਿੰਡ ਮੇਰਾ ਭਾਈ ਪਿਛੋਕੜ, ਅਸਲ ਪਿੰਡ ਧਮੋਟ ਹੈ ਸਾਡਾ। ਆ ਗਈ ਭਾਈ, ਅਸੀਂ ਧਮੋਟ 'ਤੇ ਆਏ ਹੋਏ ਹਾਂ, ਧਮੋਟ ਪਿੰਡ ਆ ਮੇਰਾ ਪਹਿਲਾਂ। ਉਰੇ ਆ ਜਾਓ ਬਈ, ਉਰੇ ਸ਼ੁਰੂ ਆ ਜਾਓ ਉਰੇ। ਅਪ 2207 ਸੁਖਪ੍ਰੀਤ ਜਰਗੜੀ, ਸੁਖਪ੍ਰੀਤ ਕੌਰ ਪਿੰਡ ਜਰਗੜੀ। ਧੰਨਵਾਦ ਮੈਂ ਉਹਨਾਂ ਵੀਰਾਂ ਦਾ ਕਰਦਾ ਹੁੰਦਾ ਜਿਹੜੇ ਬੱਚੀਆਂ ਦੇ ਨਾਂ 'ਤੇ ਐਂਟਰੀ ਕਰਾਉਂਦੇ। ਛੱਡੋ ਧੀਆਂ ਨੂੰ ਕੁੱਖਾਂ 'ਚ ਮਾਰਨਾ ਜੇ, ਉਹ ਵੀ ਸਾਥੀਆਂ ਜਿਹੜੇ ਜਨਮ ਲੈਣ ਤੋਂ ਪਹਿਲੀ ਧੀ ਨੂੰ ਤੋੜ ਦਿੰਦੇ, ਉਹ ਵੀ ਸਾਥੀਆਂ ਜਿਹੜੇ ਆਪਣੇ ਬੱਚੀਆਂ ਦੇ ਨਾਂ 'ਤੇ ਐਂਟਰੀਆਂ ਕਰਾਉਂਦੇ ਖੇਡਾਂ ਦੇ ਵਿੱਚ ਆ ਕੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਹੁੰਦਾ। ਧੀ ਨੂੰ ਪੁੱਤ ਨਾਲੋਂ ਵੀ ਵੱਡੀ ਮਾਨਤਾ ਦਿਓ, ਧੀ ਨੂੰ ਪਹਿਲਾਂ ਰੱਖੋ, ਪੁੱਤ ਨੂੰ ਉਹਦੇ ਪਿੱਛੇ ਰੱਖੋ। ਬਾਈ ਬਡਵਾਲੀ ਵਾਲੇ ਗੁਡਵਾਨ ਨੂੰ 200 ਰੁਪਇਆ ਕੀ ਬੋਲੋ ਜੀ? ਬਡਵਾਲੀ ਵਾਲੇ ਗੁਡਵਾਨ ਨੂੰ 200 ਰੁਪਇਆ ਜੀ, 100 ਰੁਪਇਆ ਗੁਡਵਾਨ ਦਾ, 100 ਰੁਪਇਆ ਮੇਰਾ ਜੀ। ਬਡਵਾਲੀ ਵਾਲੇ ਗੁਡਵਾਨ ਦਾ 100 ਰੁਪਇਆ ਬਣਾ ਕੇ ਲੈ ਜਾਵੇ ਮੇਤੋਂ। ਉਹ ਮੁੰਡਿਓ ਉਹ ਜਦੋਂ ਖੜ੍ਹ ਜਾਓ, ਲੱਤਾਂ ਕਿੰਨੀਆਂ ਚੌੜੀਆਂ ਕਰੀਆਂ ਜਿਹੜਾ ਘੋਲਣਾ ਹੁੰਦਾ ਹੈ, ਸਾਰੇ ਆਰਾਮ ਨਾਲ ਖੜੋ। ਇਹ ਜਵਾਨੀ ਹੈ ਭਾਈ, ਜੋ ਨੱਚਦਾ ਜਵਾਨੀ ਨੱਚਦੀ ਹੈ, ਜਵਾਨੀ ਜਵਾਨੀ ਹੁੰਦੀ ਹੈ ਮਿੱਤਰੋ। ਵਾਕਈ ਕਦੇ ਸਾਡੇ ਪਰ ਵੀ ਆਈ ਤੀ ਜਵਾਨੀ, ਹੁਣ ਤਾਂ ਗਾਂਹ ਗਾਂਹ ਹੈ ਜਾਂ ਸਮਾਂ ਆਉਂਦਾ ਜਾਂਦਾ, ਜਵਾਨੀ ਆਉਂਦੀ ਉਹਨੂੰ ਕੋਲ ਨੂੰ ਲੰਘ ਜਾਂਦੀ ਹੈ। ਹੁਣ ਨਹੀਂ ਜਵਾਨੀ ਜੁਨੀ ਆਉਂਦੀ, ਜਵਾਨੀ ਪਹਿਲਾਂ ਬੜੀਆਂ ਪੁਰਾਣੀਆਂ ਸਾਡਿਆਂ ਪਰ। ਇੱਧਰ ਆ ਜਾਓ ਪੁੱਤ, ਲਓ ਜੀ ਪਹਿਲੀ ਸ਼ਿਫਟ 'ਚ ਗਗਨ ਅਤੇ ਜੁਝਾਰ ਵੱਲੋਂ 1100 ਰੁਪਈਆ ਦਾ, ਹੁਣ ਲਾ ਤਾ 2500 ਰੁਪਈਆ। ਬੋਲੀ ਨਾ ਇੱਕ ਵਾਰੀ ਵੀ ਫਿਰ ਦਾਦਵਾ ਮੁੰਡਿਆਂ ਦੇ, ਇੱਕ ਦਾ ਗਗਨ ਹੈ, ਦੇਖੋ ਜੀ ਕਿਹਨੇ 2500 ਲਾਇਆ ਕਿਆ ਨਾਂ ਹੈ, ਇੱਕ ਦਾ ਗਗਨ ਹੈ ਭਾਈ ਉਹਨਾਂ 'ਚ, ਫਿਰ ਇੱਕ ਜੀਤੀ ਹੈ, ਮਨਪ੍ਰੀਤਾ ਹੈ, ਇੱਕ ਬੱਲਾ। 2500 ਲਾ ਤਾ ਪਹਿਲਾਂ ਪੰਜ ਵੀਰਾਂ ਨੇ, 5 ਸ਼ਬਦਾਂ 'ਚ 500 ਰੁਪਈਆ ਲਾਇਆ ਹੋਇਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਦਿਲ ਦਰਿਆ ਸਮੁੰਦਰੋਂ ਜੂੰਗੇ ਮੇਰੇ, ਕੌਣ ਦਿਲਾਂ ਦੀਆਂ ਜਾਣੇ, ਕਿੱਥੇ ਕਿੱਥੇ ਰੱਖੂ ਸਾਂਭ ਕੇ ਨੈਣਾਂ ਵਿੱਚ ਤੁਹਾਡੀਆਂ ਤਸਵੀਰਾਂ। ਮਿੱਤਰੋ ਰੱਬ ਵਰਗੀਆਂ ਤੁਹਾਡੀਆਂ ਰੂਹਾਂ ਮੈਂ ਕਿੱਥੇ ਸਾਂਭੂਗਾ, ਕਿੱਥੇ ਕਿੱਥੇ ਰੱਖੂ ਸਾਂਭ ਕੇ ਨੈਣਾਂ ਵਿੱਚ ਤੁਹਾਡੀਆਂ ਤਸਵੀਰਾਂ। ਝੋਲੀ ਮੇਰੀ ਰਹੀ ਸੱਖਣੀ, ਖੈਰ ਪਾਈ ਨਹੀਂ ਸਮੇਂਦਿਆਂ ਪੀਰਾਂ। ਤਿਆਰੀ ਆ ਭਾਈ, ਝੰਡੀ ਖੜੀ ਹੈ, ਗੱਡੀ ਤਿਆਰ। ਉੱਧਰ ਲੈ ਲਏ ਉਹਨੇ ਪੈਸੇ, ਪਰਚੀ ਕਰ ਦਿਓ ਕੋਈ ਨਹੀਂ, ਜੇ ਉਹਨਾਂ ਦਾ ਫੋਨ ਆਇਆ ਨਾ ਉੱਧਰ ਫੜ ਲਏ ਕਰਦੇ ਪੈਸੇ, ਪਰਚੀ ਬਣਾ ਲਓ ਕੱਟ ਦਿਓ। ਰਿਜ਼ਲਟ ਬਣ ਗਿਆ ਜੀ, ਠੀਕ ਹੈ। 41 ਨਾਮ ਹੈ ਜੀ, ਜਾਣਾ ਨਹੀਂ ਮੇਰੇ ਵੀਰੋ,
41 ਨੰਬਰਾਂ ਤੱਕ ਇਨਾਮ ਦੇਣੇ ਆਪਾਂ ਨੇ 20 ਨਗਦ ਹੈ 21 ਜੋੜੀਆਂ ਝੁੱਲਾਂ ਦੀ ਹੈ ਪਹਿਲਾ ਨਾਮ 21,000 ਰੁਪਈਆ ਦੂਜਾ ਨਾਮ 15,000 ਰੁਪਈਆ ਤੀਆ ਨਾਮ ਭਾਈ 11,000 ਰੁਪਈਆ ਨਾ ਬੋਲੀ ਭਾਈ ਪਹਿਲੇ ਨਾਮ ਵਾਲੇ ਦੇ ਸਰਨੀ USA ਵੱਲੋਂ ਜੀ ਪਹਿਲਾ ਨਾਮ 21,000 ਰੁਪਈਆ ਬਿੱਟੂ ਦੁਆ ਦੇਖੀ ਕਰਵਿੰਦਰ ਸਿੰਘ ਜੀ ਢਿੱਲੋਂ 15,000 ਰੁਪਈਆ ਤੀਆ ਬੱਲੇ ਵੱਲੋਂ ਹੈ ਜੀ 11,000 ਰੁਪਈਆ ਇਹ ਵੀ USA ਤੋਂ ਨੇ ਧੰਨਵਾਦ ਇਹਨਾਂ ਵੀਰਾਂ ਦਾ ਵੀ ਬੜੀ ਮਿਹਰਬਾਨੀ ਆ ਗਈ ਭਾਈ ਹਾਂਜੀ ਨਿੱਕੀ ਵਾਟ ਕਿਹਦੀ ਆਉਂਦੀ ਹੈ ਪੱਚੀ 15 ਜੱਸਾ ਘੜੂਆ ਬਿੱਕੀ ਬਾਠ ਕਰਾਲੀ ਲਓ ਜੀ ਧੰਨਵਾਦੀਆਂ ਸਰਦਾਰ ਮਨਜੀਤ ਸਿੰਘ ਸਾਂਤਪੁਰ ਮਿੱਤਰੋ ਸਭ ਤੋਂ ਵੱਧ ਪੈਸੇ ਲਾਏ ਬੋਰਡ ਪਰ ਸਰਦਾਰ ਮਨਜੀਤ ਸਿੰਘ ਸਾਂਤਪੁਰ ਰੋਡਾ ਕਾਈਨੌਰ ਹਨੀ ਮੜੌਲੀ ਉਹਨਾਂ ਨੇ ਬੈਲੀ ਢੋਲਣ ਮਾਜਰਾ ਉਹਨਾਂ ਨੇ ਮਨਜੀਤ ਸਿੰਘ ਸਾਂਤਪੁਰ ਇਹ ਕਈ ਵਾਰ ਬਾਹਰ ਵੀ ਜਵਾਨ ਜਾਇਆ ਆ ਫਿਰ ਇੱਧਰ ਵੀ ਭਾਈ ਧੂੜਾ ਪੱਟੀ ਫਿਰਦਾ ਹੈ ਵੱਧ ਤੋਂ ਵੱਧ ਪੈਸੇ ਲਾ ਕੇ 3 ਬੱਚੇ ਲਗਾਤਾਰ ਥੋੜ੍ਹੇ ਸਮੇਂ 'ਚ ਖਰੀਦ ਲਏ ਮਨਜੀਤ ਉਹਨਾਂ ਨੇ ਇਹ ਸ਼ੌਂਕ ਹੈ ਜਿਹਨਾਂ ਨੂੰ ਚਾਉ ਹੈ ਮਿੱਤਰੋ ਪੈਸੇ ਦੀ ਪਰਵਾਹ ਨਹੀਂ ਕਰਿਆ ਕਰਦੇ ਉਹਨਾਂ 'ਚ ਇੱਕ ਸਰਦਾਰ ਆ ਗਈ ਭਾਈ ਮਨਜੀਤ ਸਿੰਘ ਸਾਂਤਪੁਰ ਇਹ ਵੀ ਨਵੇਂ ਜੁੜੇ ਪੁਰਾਣਾ ਪਿੰਡ ਵੀ ਉਹਨਾਂ ਦਾ ਇਹੀ ਹੈ ਘੜੂਆ ਹੀ ਪਿੰਡ ਹੈ ਉਹਨਾਂ ਦਾ ਪਹਿਲਾ ਭਾਈ ਇੰਨਾ ਸ਼ੌਂਕ ਭਾਈ ਹੁਣ ਅਫਰੀਨੇ ਜਾਵਾਂ ਮਨਜੀਤ ਸਾਂਤਪੁਰ ਤੇਰੇ ਵੀ ਬਾਈ ਸੈਕਿੰਡ 98 ਪੁਆਇੰਟ ਹਨੀ ਦਵਿੰਦਰ ਭੂਰੜੇ ਇਹ ਭੂਰੜੇ ਵਾਲੇ ਆ ਭਾਈ ਡਾਕਟਰ ਕਿੰਦੀ ਗੁੱਲੇਵਾਲ ਕਰ ਗਿਆ ਕਢਵਾਨੀ ਮਨਜੀਤ ਸਿੰਘ ਸਾਂਤਪੁਰ ਤੇਰਾ ਫਿਰ ਧੰਨਵਾਦ ਕਰਦਾ ਬਾਈ ਨਾਲੇ ਸ਼ਾਨਪ੍ਰੀਤ ਸਿੰਘ ਗਿੰਨੀ ਸਾਡੇ ਸਪੁੱਤਰ ਹੈ ਮੇਰਾ ਭਾਈ ਚੱਲੀਆਂ ਗੱਲਾਂ ਮਸਤਾਕ ਸਿੰਘ ਚੱਲੀਆਂ ਸਾਰੀ ਪਾਰਟੀ ਗਰੁੱਪ ਇਕੱਠਾ ਬੈਠਾ ਹੈ ਹਰੀ ਮੜੌਲੀ ਬੈਲੀ ਢੋਲਣ ਮਾਜਰਾ ਰੋਡਾ ਕਾਈਨੌਰ ਸਾਰਿਆਂ ਦੇ ਧੰਨਵਾਦ ਸਭ ਦਾ ਧੰਨਵਾਦ ਹੈ ਪਾਰਟੀ ਦਾ ਧੰਨਵਾਦ ਉੱਧਰ ਗੱਡੀਆਂ ਖੇਡ ਦੀ ਬਿਲਕੁਲ ਨੇੜੇ ਭੱਜ ਚੰਦ ਘੜੀਆਂ ਦਾ ਖੇਡ ਮੇਲਾ ਬਾਕੀ ਹੈ ਲਓ ਜੀ 41 ਨਾਮ ਪਹਿਲਾ ਨਾਮ ਬਣਦਾ ਜੀ 20-94 ਦਾ 41ਵਾਂ ਨਾਮ ਬਣਦਾ ਜੀ 24-70 ਦਾ ਜਿਹੜੀਆਂ ਗੱਡੀਆਂ 24-70 ਤੋਂ ਵੱਧ ਸਮਾਂ ਲਾਉਂਦੀਆਂ ਹੈ 41 ਨੰਬਰਾਂ 'ਚੋਂ ਬਾਹਰ ਹੈ 24-70 ਤੱਕ ਜਿਹਦਾ ਸਮਾਂ ਲੱਗਿਆ ਹੋਇਆ ਹੁਣ ਤੱਕ ਉਹ ਗੱਡੀ ਭੱਜਣ 'ਤੇ ਵੀ ਰਹਿੰਦੀ ਹੈ ਉਸ ਦਾ ਟੁੱਟ ਵੀ ਜਾਵੇ ਕਿਸੇ ਦਾ 24-70 ਤੱਕ ਜਿਹਨਾਂ ਦਿਨ ਲੱਗੇ ਟਾਈਮ ਉਹ ਮਿਹਰਬਾਨੀ ਕਰਕੇ ਨਾ ਜਾਣ ਜਿਹੜੇ ਦੂਰੋਂ ਆਏ ਜਿਹਦਾ 24-70 ਦਾ ਹੀ ਵੱਧ ਸਮਾਂ ਲੱਗਿਆ ਜਾਣਾ ਚਾਹੁੰਦੇ ਬੜੀ ਖੁਸ਼ੀ ਨਾਲ ਜਾ ਸਕਦੇ ਹਾਂ ਭਾਈ ਕਿਉਂ ਕਿੱਥੇ ਮੋਗਾ ਕਿੱਥੇ ਜ਼ਿਲ੍ਹਾ ਜਲੰਧਰ ਕਿਆ ਪਹੁੰਚਣਾ ਭਾਈ ਆ ਗਈ ਭਾਈ ਅਪ 23-66 ਦਾ ਸਮਾਂ ਜੀ 23-66 ਇਹ ਸੰਦੀਪ ਸਿੰਘ ਉਹਨਾਂ ਦੇ ਜੀ ਪਿੰਡ ਰਤਨਗੜ੍ਹ ਪੋਲਾ ਮੁਕੜੋਨਾ ਸੰਦੀਪ ਸਿੰਘ ਰਤਨਗੜ੍ਹ ਪੋਲਾ ਮੁਕੜੋਨਾ ਬਾਬਾ ਬਿੱਕਰ ਸਿੰਘ ਰਾਜੇ ਮਾਜਰਾ ਅਵਤਾਰ ਸਿੰਘ ਮਾਣਕ ਮਾਜਰਾ
ਧੰਨਵਾਦ ਭਾਈ, ਬੜੀ ਮਿਹਰਬਾਨੀ। ਮਿਹਨਤਾਂ ਕਰੀਆਂ, ਕਮਾਈਆਂ ਕਰੀਆਂ, ਚੋਟੀ ਦੇ ਬਾਲ ਭਜਾਏ, ਅੱਜ ਮੈਨੂੰ ਖੇਡਾਂ 'ਚ ਨਾਂ ਗੂੰਜਦੇ ਗੂੰਜਦੇ। ਇਹ ਕਿਸੇ ਗੱਲ ਪਰੇ ਗੂੰਜਦੇ, ਐਵੇਂ ਨਹੀਂ ਗੂੰਜਦੇ ਹੋਇਆ ਕਰਦੇ। ਮਿਹਨਤ ਕਰਨੀ ਪੈਂਦੀ ਹੈ, ਫਿਰ ਜਾ ਕੇ ਗੁਰੂ ਦੀ ਕਿਰਪਾ ਨਾਲ ਨਾਂ ਬਣਦੇ, ਕਦੇ ਐਵੇਂ ਬਣਦੇ। ਰੌਣਕ ਦੋ ਕੜੀਆਂ, ਦੋ ਕੜੀਆਂ ਦੀ ਰੌਣਕ ਬਾਕੀ ਰਹਿ ਗਈ, ਸਿਰਫ ਦੋ ਕੜੀਆਂ। ਇਹ ਰੌਣਕ ਦੋ ਕੜੀਆਂ, ਜਾਣਾ ਵਿਛੜ ਭਰਾਵੋ ਮੇਲਾ, ਸਰਸੋਂ ਦੇ ਫੁੱਲਾਂ 'ਤੇ ਲੱਗ ਜੂ ਮੌਸ ਮੌਸਮੀ ਤੇਲਾ। ਇਹ ਰੌਣਕ ਦੋ ਕੜੀਆਂ, ਜਾਣਾ ਵਿਛੜ ਭਰਾਵੋ ਮੇਲਾ, ਪਾ ਚੁੱਕੀਆਂ ਜੋੜੀਆਂ ਘਰ ਸਮਾਂ। ਸਰਦਾਰ ਰਾਜਾ ਸਪੁੱਤਰ ਸਰਦਾਰ ਜੀਵਨ ਸਿੰਘ ਜੀ ਪਿੰਡ ਚੰਡਾਲੀ ਨਾਲ ਬੜ ਪੱਜਿਆ ਜੀ। ਸਰਦਾਰ ਅਮਨਾ, ਸਰਦਾਰ ਕੁਲਦੀਪ ਸਿੰਘ, ਸਪੁੱਤਰ ਸਰਦਾਰ ਨਿਰਮਲ ਸਿੰਘ ਪਿੰਡ ਗੁਰਸਰ ਕੰਕੇ। ਇਹਨਾਂ ਤੋਂ ਗਾਂਹ ਦੂਆ ਨੰਬਰ ਬਣਦਾ ਜੀ ਮਨਜੀਤ ਸਿੰਘ ਸਾਂਤਪੁਰ, ਇਹ ਦੂਜਾ ਤੀਜਾ ਮੇਰੇ ਹਿਸਾਬ ਨਾਲ ਉਹਨਾਂ ਦੀ ਬਣਦੇ ਆ। ਮਨਜੀਤ ਸਿੰਘ ਸਾਂਤਪੁਰ ਪਿਛੋਕੜ ਪਿੰਡ ਘੜੂਆਂ ਉਹਨਾਂ ਦਾ ਰੋਡਾ ਕਾਈਨੌਰ। ਆ ਗਈ ਭਾਈ ਬੈਲੀ ਢੋਲਣ ਮਾਜਰਾ ਹਨੀ ਬੜੋਲੀ ਨਾਲ ਭਜਿਆ ਵੀਡੋ ਛਪਾਰ। ਬਾਈ ਬਾਈ ਚਾਰੇ ਦੂਏ ਸਰਬਣ ਸਿੰਘ ਪੰਜਲਾ, ਇਹ ਉਹ ਪੰਜਲਾ ਪਿੰਡ ਆ ਜਿੱਥੇ ਅਮਰ ਸਿੰਘ ਸ਼ੌਂਕੀ ਢੱਡਸਾਰਗੀ ਦੇ ਗਵਈਏ ਹੋਏ ਹੈ। ਬੜਾ ਹਿੱਟ ਗਾਣਾ ਹੋਇਆ, ਨਾਰੋ ਨਾਰੋ ਨੀ ਤੇਰੀ ਰੋਂਦੀ ਦੇ ਕੱਪੜੇ ਭਿੱਜਦੇ ਨੇ, ਘਰ ਪੰਡਤਾਂ ਦੇ ਮੁਰਗੇ ਰਿੱਝਦੇ ਨੇ, ਮੁੰਡੇ ਕਾਜੀਆਂ ਦੇ ਦਾਰੂ ਪੀਣ ਗਿੱਝ ਗਏ ਨੇ, ਤੱਕ ਟੁੱਟ ਗਿਆ ਸਾਰੀ ਦੁਨੀਆਂ ਦਾ। ਇਹ ਉਹ ਪਿੰਡ ਦੇ ਆ ਭਾਈ ਅਮਰ ਸਿੰਘ ਸ਼ੌਂਕੀ ਦੇ ਪਿੰਡ ਦੇ ਸਰਬਣ ਸਿੰਘ ਪੰਜਲਾ। ਲਓ ਜੀ ਉੱਧਰ 62 ਅਤੇ 70 ਦੇ ਕਬੱਡੀ ਦੇ ਫਸਵੇਂ ਮੈਚ ਜਿਨ੍ਹਾਂ ਨੇ ਦੇਖਣੇ ਭਾਈ ਸਟੇਡੀਅਮ 'ਚ ਪਹੁੰਚੇ ਹੋ, 62 ਅਤੇ 70 ਦੇ ਭਿੰਦਰ ਸਿੰਘ ਖੇੜੀ ਗੁਰਨਾ ਧੰਨਵਾਦ ਬਈ। ਰਾਮ ਅਸਰਾ ਸਿੰਘ ਹੋਰਾਂ ਦੇ ਲਾਡਲੇ ਪੁੱਤਰ ਨੇ। ਮਿੱਤਰੋ ਇਹਨਾਂ ਪਿੰਡਾਂ 'ਚ ਵੀ ਪੱਕੀਆਂ ਖੇਡਾਂ ਹੋਣ ਲੱਗ ਜਾਣਗੀਆਂ। ਖੇੜੀ ਗੁਰਨਾ ਅੰਬ ਛੱਪਾ ਨਾ ਮਾਫੀ ਜਾਂਦਾ ਭਾਈ, ਆ ਪਿੰਡ ਆ ਕੁੱਥਾ ਖੇੜੀ, ਉਹ ਵੀ ਮੁੰਡੇ ਬਹੁਤ ਸਰਗਰਮੇ ਬਈ ਖੇਡ ਵਾਸਤੇ। ਮੇਰਾ ਖਿਆਲ ਹਫ਼ਤੇ 'ਚ ਨੂੰ ਦੋ ਦੋ ਵੀ ਫੋਨ ਕਰਦੇ ਹਾਂ ਵੀ ਅਸੀਂ ਮੇਲਾ ਜਾ ਰੱਖਣਾ ਜੀ, ਤਰੀਕ ਸਾਡੀ ਸਾਂਭ ਕੇ ਰੱਖਿਓ। ਇੱਕ ਵਧਾਉਸ਼ੀ ਹੋ ਜਾਣੀ ਆ ਭਾਈ ਇਸੇ ਮਹੀਨੇ ਦੇ ਆਖਰੀ ਹਫ਼ਤੇ ਦੇ ਵਿੱਚ। ਸੋਨੀ ਬਲ ਵਿਛੌੜੀ, ਬਿੰਦਰੀ ਵਿਛੌੜੀ ਸਪੁੱਤਰ ਬਲਵੀਰ ਸਿੰਘ ਜੀ, ਪੁੱਤਰੀ ਸਰਦਾਰ ਧੰਨਾ ਸਿੰਘ ਜੀ ਬਦੌਸ਼ੀ। ਬਹੁਤ ਜਲਦੀ ਇੱਧਰੋਂ ਉਹ ਖੇਡ ਦਾ ਵੀ ਐਲਾਨ ਹੋ ਜਾਣਾ ਹੈ, ਉੱਥੇ ਵੀ ਬਹੁਤ ਵੱਡਾ ਖੇਡ ਮੇਲਾ ਮਿੱਤਰ ਹੋਣਾ ਹੈ। ਆ ਗਈ ਭਾਈ ਨੇੜੇ ਹੋ ਜਾਓ, ਉਹ ਕਾਕੇ ਬਾਲ ਮੁੜ ਜਾਏਗਾ, ਸੱਟ ਨਾ ਵੱਜੇ ਪੁੱਤ, ਇੱਧਰ ਸੱਟ ਨਾ ਮਾਰੇ, ਬਾਲ ਨਾ ਖਾ ਲਓ, ਬਾਲ ਤਾਂ ਨਹੀਂ ਪਤਾ ਉਹਨਾਂ ਮੁੜਿਆ ਕਰਦੇ। ਅਪ 24-69 ਦਾ ਸਮਾਂ ਜੀ, ਤਰਲੋਚਰ ਸਿੰਘ ਪੰਡੀ ਪਿੰਡ ਕਾਈਨੌਰ, ਪਿਆਰ 'ਚ ਪੰਡੀ ਕਹਿੰਦੇ ਨਾ ਤਰਲੋਚਨ ਹੈ। 69 ਤਰਲੋਚਰ ਸਿੰਘ ਪੰਡੀ ਜੋੜੋ ਮੇਰਾ ਵੀਰ ਜੋੜੋ। ਉਹ ਬਟਵਾਲੀ ਵਾਲਾ ਜਵਾਨਾ 100 ਰੁਪਇਆ ਲੈ ਜਾ ਆਪਣਾ, ਬਟਵਾਲੀ ਵਾਲਾ ਜਵਾਨ ਜਿਹਨੇ ਕਢਵਾਨੀ ਕਰੀ ਹੈ ਉਹ ਆਪਣਾ 100 ਰੁਪਇਆ ਲਵੇ ਮੇਰੇ ਤੋਂ ਆ ਕੇ। ਬਟਵਾਲੀ 5 ਤਰੀਕ ਨੂੰ ਇੱਧਰ ਨਾਗਰੇ ਬੋਰਡ ਭੱਜਣੇ ਆ ਜੀ, ਪਹਿਲਾ ਨਾਮ ਟਰੈਕਟਰ ਹੈ। 5 ਤਰੀਕ ਨੂੰ ਪਿੰਡ ਤਮੋਟ ਖੀਰੇ ਤੋਂ ਕੇ ਬੱਚੇ ਭੱਜਣਗੇ ਜੀ, 6 ਨੂੰ ਪਹਿਲਾਂ ਖੱਚਰ ਰੇੜੇ ਉਹਦੇ ਨਾਲ ਹੀ ਬੋਰਡ ਭੱਜਣੇ, ਤਿਆਰੀ ਹੈ ਭਾਈ।
ਆਗੀ ਪਾਈ ਗੁਰਜੰਟ ਸਿੰਘ ਯੂਐਸਏ ਲਾਹੌਰ ਅਪ 2397 ਦਾ ਸਮਾਂ ਵੀ 2397 ਗੁਰਜੰਟ ਸਿੰਘ ਲਾਹੌਰ ਯੂਐਸਏ ਰਾਜੂ ਗੁੱਜਰਵਾਲ ਇਟਲੀ ਇਹ ਗੁਰਜੰਟ ਸਿੰਘ ਲਹਿਰ ਯੂਐਸਏ ਰਾਜੂ ਗੁੱਜਰਵਾਲ ਇਟਲੀ ਸਤਿ ਸ਼੍ਰੀ ਅਕਾਲ ਵਾਹ ਗੋਲੀ ਕੀ ਹਾਲ ਹੈ ਗੋਲੀ ਪੂਦਨ ਬਹੁਤ ਸ਼ੇਰਾ ਨਹੀਂ ਸਾ ਤੇਰੀਆਂ ਐਚ ਡੀ ਓ ਪ੍ਰਵਿੰਦਰ ਸਿੰਘ ਪੂਦਨ ਫੌਜੀ ਪੂਦਨ ਮਾਨੇ ਖਾਂ ਪੂਦਨ ਮਿੱਤਰੋ ਬਹੁਤ ਪੂਦਨ ਦੇ ਵੀ ਵੋਟ ਪਾਦੇ ਤਿਆਰੀ ਆ ਜੀ ਤਿਆਰੀ ਆ ਭਾਈ ਆ ਗਈ ਭਾਈ ਕਿੰਨੇ ਬੰਦੇ ਹੋਈ ਜਾਂਦੇ ਬਹੁਤ ਕਿੱਥੇ ਤੱਕ ਕੰਮ ਰਾਤ ਆ ਚੌਵੀ ਅੱਸੀ ਦਾ ਸਮਾਂ ਜੀ ਸਰਪੰਚ ਨੇਤਰ ਸਿੰਘ ਬਾਜਰੀ ਉਹ ਬਾਈ ਜੀ ਉਹ ਤੁਸੀਂ ਦੋਵੇਂ ਤੁਰੇ ਉਹਨੇ ਕਿੱਡਾ ਧੱਕਾ ਮਰਾਤਾ ਬੁੜਦਾ ਨੂੰ ਯਾਰ ਤੁਸੀਂ ਗਮੂਰੇ ਹੋ ਕੇ ਖੜ ਗਏ ਕਿੱਥੇ ਬੋਲ ਨੇ ਹਿੱਲਣੇ ਚੱਕ ਕੇ ਪ੍ਰਬਲ ਕਿੱਥੇ ਮਾਰਿਆ ਦਾਰਾ ਸਿੰਘ ਮਾਜਰੀ ਸਰਪੰਚ ਨੇਤਰ ਸਿੰਘ ਮਾਜਰੀ ਜੱਸਾ ਮਾਜਰੀ ਸਰਦਾਰ ਮਨਜੀਤ ਸਿੰਘ ਸਾਂਤਪੁਰ ਰੋਡਾ ਕਾਈਨਾ ਬੈਲੀ ਢੋਲਣ ਮਾਜਰਾ ਹਾਨੀ ਬੜੋਲੀ ਇਹਨਾਂ ਦਾ ਦੂਜਾ ਨੰਬਰ ਬਣਦਾ ਜੀ ਪਹਿਲਾ ਨੰਬਰ ਬਣਦਾ ਹੈ ਜੀਵਰ ਸਿੰਘ ਜੀ ਜਰਨਾਲੀ ਹਾਂ ਬਈ ਸਰਬਜੀਤ ਸਿੰਘ ਸਰਪੰਚ ਸਾਹਿਬ ਮੇਰੇ ਹੱਥ ਨਾ ਤਾਂ ਮੈਂ ਕਿਤੇ ਮੈਂ ਭੁਲੇਖਿਆ ਹੀ ਨਾ ਖਾ ਜਾਵਾਂ ਸਰਬਜੀਤ ਸਿੰਘ ਉਹ ਪਰਲੇ ਰਾਜ ਭਜਾਏ ਤੇ ਆਪਾਂ ਨੇ ਮੇਰੇ ਯਾਦ ਹੈ ਇੱਕ ਬਾਈ ਸਰਜੀਤ ਸਿੰਘ ਦੇ ਨਾਲ ਸਾਡੇ ਗੁੱਸਾ ਪਾਇਆ ਤਾ ਉਹਨਾਂ ਨੇ ਉਹ ਪੰਚ ਤੇ ਇਹ ਸਰਪੰਚ ਤੇ ਧੰਨਵਾਦ ਇਹਨਾਂ ਦਾ ਸਰਦਾਰ ਸਰਬਜੀਤ ਸਿੰਘ ਜੀ ਸਰਪੰਚ ਸਾਹਿਬ ਘੜੂਆ ਸਪੈਸ਼ਲ ਨਾਮ ਦੇ ਕੇ ਮੇਲੇ 'ਚ ਮੇਰਾ ਮਾਣ ਕਰਦੇ ਮੈਂ ਧੰਨਵਾਦ ਕਰਦਾ ਸਰਪੰਚ ਸਰਦਾਰ ਸਰਬਜੀਤ ਸਿੰਘ ਘੜੂਆ ਇਹ ਪਿੰਡ ਹੈ ਘੜੂ ਸਤਿ ਸ਼੍ਰੀ ਅਕਾਲ ਪੁੱਤਰਾ ਕਿਆ ਹਾਲ ਹੈ ਹਾਂਜੀ ਇਹ ਪਿੰਡ ਹੈ ਘੜੂਆ ਮਸ਼ਹੂਰ ਪਿੰਡ ਮਿੱਤਰੋ ਧੰਨ ਧੰਨ ਕਰਾਈ ਪਈ ਹੈ ਮੇਰੇ ਵੀਰਾਂ ਨੇ ਪਹਿਲਾ ਨਾਮ ਜੀ 21,000 ਰੁਪਏ ਦਾ ਸਨੀ ਵੱਲੋਂ ਹੈ ਦੂਜਾ ਨਾਮ ਕਲਵਿੰਦਰ ਵੱਲੋਂ ਹੈ ਜੀ ਪਹਿਲਾ ਸਨੀ ਵੱਲੋਂ ਹੈ ਜੀ 21,000 ਰੁਪਇਆ ਦੂਜਾ ਕਲਵਿੰਦਰ ਸਿੰਘ ਜੀ ਢਿੱਲੋਂ ਵੱਲੋਂ ਹੈ 15,000 ਰੁਪਇਆ ਤੀਆ ਭਾਈ ਬੱਲਾ ਬੀਬੀਪੁਰ ਵੱਲੋਂ ਹੈ ਜੀ 11,000 ਰੁਪਈਆ ਇਹ 20 ਨਾਮ ਨਗਦ ਹੋਣਗੇ 21 ਜੋੜੀਆਂ ਨੂੰ ਗਾਹਾਂ ਚੁੱਲ ਹੋਣਗੇ ਅੱਕ 40 ਤੁਹਾਨੂੰ 24 ਜਾਂ 70 ਨਾਲ ਦੱਸਿਆ ਤਾਂ ਪਰ ਕਈ ਟੁੱਟ ਗਏ ਟਾਈਮ ਜਾਂ ਤੇ ਕਈ ਟੁੱਟ ਗਏ ਹਾਂਜੀ ਤਿਆਰੀ ਆ ਜੀ ਬਾਹਰ ਰੌਣਕ ਦੋ ਕੜੀਆਂ ਸਿਰਫ ਦੋ ਕੜੀਆਂ ਬਾਕੀ ਹੋਰ ਮਿੱਤਰੋ ਇਹ ਰੌਣਕ ਦੋ ਕੜੀਆਂ ਜਾਣਾ ਵਿਛੜ ਭਰਾਵੋ ਮੇਲਾ ਮਿੱਤਰੋ ਮੇਲਾ ਵਿਛੜਨਾ ਹੁਣ ਜੀ ਨਹੀਂ ਕਰਦਾ ਕੱਟ ਕੇ ਲਿਆਂਦਾ ਪਰਦਾ ਰੰਗਲੀ ਦੁਨੀਆ ਤੇ ਲੋਕੋ ਜੀ ਨਹੀਂ ਜਾਣ ਨੂੰ ਕਰਦਾ ਇਹ ਰੰਗਲੀ ਦੁਨੀਆ ਹੈ ਇਹ ਰੌਣਕ ਦੋ ਕੜੀਆਂ
ਜਾਣਾ ਵਿਛੜ ਭਰਾਵੋ ਮੇਲਾ ਆ ਗਈ ਭਾਈ ਸਰਸੋਂ ਦੇ ਫੁੱਲਾਂ ਤੇ ਲੱਗ ਜੂ ਮੌਸ ਮੌਸਮੀ ਤੇਲਾ ਇਹ ਰੌਣਕ ਦੋ ਘੜੀਆਂ ਜਾਣਾ ਵਿਛੜ ਭਰਾਵੋ ਮੇਲਾ ਇਹ ਬੁੱਗੇ ਦੀ ਸਾਰੀ ਝੰਡੇ ਦੀ ਬੜੀ ਤਰੀਫ ਕਰੀ ਲੋਕਾਂ ਨੇ ਤੇ ਵੀ ਬਾਹਰ ਦੇ ਫੋਨ ਆਏ ਸਾਰੇ ਨਾਲ ਜਾਣ ਹੈ ਚੌਵੀ ਹੱਟ ਮੈਂ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ ਆਪਦੀ ਪਾਰਟੀ ਵੱਲੋਂ ਨਗਰ ਘੜੂਏ ਦਾ ਇਲਾਕਾ ਨਿਵਾਸੀ ਵੀਰਾਂ ਦਾ ਵੈਦ ਲਾਗ ਵੀਰਾਂ ਦਾ ਗੜਵਾਲ ਵੀਰਾਂ ਦਾ ਧੰਨਵਾਦ ਕਰਦਾ ਭੁੱਲ ਚੁੱਕ ਕਰਿਓ ਮਾਫ ਇਹਦੇ ਨਾਲ ਖੇਡ ਮੇਲਾ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਰਿੰਪੀ ਗੁਣਵਾ ਵਾਈ ਵੱਲ ਹੈ ਰਿੰਪੀ ਨਾ ਰਿਸਾ ਸੂਰਮਿਆਂ ਸਪੈਸ਼ਲ ਨਾਮ ਦੇ ਕੇ ਧੰਨਵਾਦ ਕਰਦਾ ਪਰਚੀਆਂ ਤੂੰ ਇੱਥੋਂ ਲੈਣੀਆਂ ਇਨਾਮ ਸਟੇਡੀਅਮ 'ਚ ਮਿਲਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਘੱਟ ਸਮੇਂ ਵਾਲੇ ਗਗਨ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਮੈਨੂੰ ਮੈਂ ਗਗਨ ਦਾ ਵੀ ਧੰਨਵਾਦ ਕਰਦਾ ਘੱਟ ਸਮਾਂ ਕਿਹਦਾ ਭਾਈ ਦੇਖੋ ਜੀ ਘੱਟ ਸਮਾਂ ਆ ਖੜੇ ਦੇਖੋ ਜਨਾਲੀ ਵਾਲਿਓ ਹਾਂਜੀ ਲਓ ਜੀ ਬਿੰਦਰ ਕਾਲੀ 100 ਰੁਪਇਆ ਬੁਲਾਣਾ ਬਿੰਦਰ ਕਾਲੀ ਬੁਲਾਣਾ ਵੀ 100 ਰੁਪਇਆ ਦਿੰਦੇ ਹਾਂ ਭਾਈ ਧੰਨਵਾਦ ਕਰਦੇ ਬਿੰਦਰ ਕਾਲੀ ਸਮਾਣਾ ਨਹੀਂ ਨਾ ਨਹੀਂ ਨਾ ਇਹਨਾਂ ਦਾ ਪਹਿਲਾਂ ਭੱਜ ਗਏ ਇਹਨਾਂ ਦੇ ਤਾਂ ਨਾ ਨਾ ਉਹਨਾਂ ਦੀ ਗੱਲ ਕਰਦਾ ਜਨਾਲੀ ਗੋਰਖਾ ਕਿਤੇ ਨਹੀਂ ਜਾਂਦਾ ਗੋਰਖੇ ਦਾ ਫੇਰ ਬੁਲਾ ਲਾਂਗੇ ਗੋਰਖਾ ਸਾਡਾ ਭਾਣਜਾ ਬਾਈ ਸਟੇਡੀਅਮ ਦੇ ਫਸਵੇਂ ਮੈਚ ਨਾਲੇ ਮੈਚ ਦੇਖੋ ਨਾਲੇ ਨਾਮ ਲਿਓ ਪਰਚੀਆਂ ਆ ਜਾਣ ਦਿਓ ਜੀ ਪਰਚੀਆਂ ਲੈ ਜਾਓ ਆਪਣੀਆਂ ਉਹਨੇ ਥੋੜਾ ਰਿਜ਼ਲਟ ਤਿਆਰ ਕਰਕੇ ਪਰਚੀਆਂ ਦੇ ਦੇਣੀਆਂ ਉਹਦੇ ਹੋਰ ਉਧਰਲੀਆਂ ਵਿੱਚ ਤਾਂ ਨਹੀਂ ਆਉਂਦੀਆਂ ਲਿਆਓ ਪਰਚੀਆਂ ਭੱਜ ਕੇ ਲਿਆ ਮੁੰਡਿਆਂ ਪਰਚੀਆਂ ਹਿੰਮਤ ਨਾਲ ਲਿਆ ਕਰੋ ਪਹਿਲਾ ਨਾਮ ਹੈ ਜੀ ਸਰਦਾਰ ਜੀਵਨ ਸਿੰਘ ਪਿੰਡ ਜੰਡਾਲੀ ਖੁਰਦ ਸਰਦਾਰ ਰਮਨਾ ਸਰਦਾਰ ਕੁਲਦੀਪ ਸਿੰਘ ਸਪੁੱਤਰ ਨਿਰਮਲ ਸਿੰਘ ਜੀ ਗੁਰਸਰ ਕੌਂਕੇ 20-94 ਦੂਜਾ ਨਾਮ ਹੈ ਜੀ ਧਨੋਆ ਗਰੁੱਪ ਬੀ ਹਨੀ ਮਡੌਲੀ ਰੋਡਾ ਕਾਈਨੌਰ ਮਨਜੀਤ ਸਿੰਘ ਸਾਂਤਪੁਰ ਬੈਲੀ ਢੋਲਨ ਮਾਜਰਾ ਵੀਡੋ ਛਪਾਰ 21-31 ਲਓ ਭਾਈ ਤੀਜਾ ਨਾਮ ਹੈ ਸਰਦਾਰ ਦੀਪਾ ਕਾਲੋਂ USA ਧਨੋਆ ਗਰੁੱਪ ਘੜੂਆ ਬੌਰਦ ਭਾਈ ਜਿਹੜੇ ਮੈਂ ਪਹਿਲਾਂ ਗੱਲ ਕਰੀ 21-34 ਤੀਜਾ ਨਾਮ ਚੌਥਾ ਨਾਮ ਹੈ SDO ਬਲਵਿੰਦਰ ਸਿੰਘ ਪੂਦਨ ਗੋਲਡੀ ਪੂਦਨ ਟਾਈਮ 21 ਨਾਲ ਭਾਈ ਵੀਡੋ ਚੌਥੇ 'ਚ ਵੀ ਵੀਡੋ ਪਾ ਲਈ ਨਾਲ ਵੀਡੋ ਛਪਾਰ ਜੀ 21-48 ਲਓ ਜੀ ਚੌਥਾ ਨਾਮ ਪੰਜਵਾਂ ਨਾਮ ਉਹ ਸ਼ਬਦ ਦੇ ਪੈਸੇ ਦੇ ਦਿੱਤੇ ਬਾਈ ਕੌਣ ਲੈ ਗਿਆ ਗੋਰਖਾ ਲੈ ਗਿਆ ਭਾਈ ਪੰਜਵਾਂ ਨਾਮ ਹੈ ਜਸਕਰਨ ਸਿੰਘ ਸ਼ਰਪ੍ਰੀਤ ਸਿੰਘ ਕੁਹਾੜਾ 21-50 ਛੇਵਾਂ ਨਾਮ ਹੈ ਜੀ ਜਸਵੀਰ ਸਿੰਘ ਜੱਸਾ ਵਿਦੇਸ਼ ਕਲਾਂ ਸੀਤਲ ਸਿੰਘ ਗਰਚਾ ਦੁਆਬਾ 21-53 ਸੱਤਵਾਂ ਨਾਮ ਹੈ ਸਰਪੰਚ ਜਸਵੰਤ ਸਿੰਘ ਧੌਲ ਖੁਰਦ 21-57 ਜਸਵੰਤ ਸਿੰਘ ਧੌਲ ਖੁਰਦ 21-57 ਜੀ ਸੱਤਵਾਂ ਨਾਮ ਅੱਠਵਾਂ ਨਾਮ ਹੈ ਮਨਜੀਤ ਸਿੰਘ ਜਰਗੜੀ 21-59 ਬਈ ਨੌਵਾਂ ਨਾਮ ਹੈ ਜੀ ਹਰਸ਼ ਮੁੰਡੀਆਂ 21-62 ਉਹ ਲਿਆ ਪਰਚੀਆਂ ਮੁੰਡਿਆਂ ਪਰਚੀਆਂ ਕਹਿੰਦੇ ਨੇ ਅਜੇ ਹੁਣ ਤੱਕ ਕਿੱਥੇ ਆ ਤੂੰ ਸ਼ੇਰਾ ਤੂੰ ਸਭ ਤੋਂ ਪਿਛਾਉਣਾ ਭੱਜਿਆ ਹੈ
ਦੋਨੀਆ ਘਰ ਚਲੇ ਗਏ ਹਲੇ ਪਿਛਾ ਫਿਰਦਾ ਤੂੰ ਹੈ ਔਰ ਰਿਜ਼ਲਟ ਬੋਲਣਾ ਕਿ ਤੁਸੀਂ ਪਰਚੀ ਹੁਣ ਤੱਕ ਨਹੀਂ ਪਜਾਈਆਂ ਹਰਸ਼ ਮੁੰਡੀਆਂ ਸੁੱਖਾਂ ਮੁੰਡੀਆਂ ਹੈਪੀ ਮੁੰਡੀਆਂ 21-62 ਪਾਈ ਨਵਾਂ ਨਾਲ ਇਹਨਾਂ ਨਾਲ ਸ਼ੇਰਾ ਚਰਵਾਲ ਗੋਲਡੀ ਸਦੌੜ ਪਿੰਦਰ ਸਦੌੜ 10ਵਾਂ ਨਾਮ ਹੈ ਜੀ ਪ੍ਰੀਤਮ ਸਿੰਘ ਸਰਪੰਚ ਵਿਦੇਸ਼ ਕਲਾਂ ਸੁਖਦੇਵ ਸਿੰਘ ਬਲਾਣਾ ਟਾਈਮ 21:69 ਲਓ ਭਾਈ ਆ ਲਿਖ ਲੈ ਰਹੇ ਤੂੰ ਇੰਨੀ ਕਿਆ ਕਰਨ ਲੱਗ ਗਿਆ ਉੱਥੇ ਪਹਿਲਾਂ ਇਹਨੇ ਕਰ ਲਓ ਕਿਤੇ ਵਿੱਚ ਨਾ ਆ ਜਾਵੇ ਦੇਖ ਲਓ ਪਹਿਲਾਂ ਪਰਚੀਆਂ ਹੋਣਾ ਹੀ ਆ ਮੈਂ ਦੱਸੀਆਂ ਪਰਚੀਆਂ ਪਾਓ ਖੜ ਜਾਓ ਇੱਕ ਮਿੰਟ ਪਰਚੀਆਂ ਬਣਾਓ ਪਹਿਲਾਂ ਵਿੱਚ ਲਾ ਲਓ ਫੇਰ ਪਾ ਲਓ ਟੇਪ ਤੇ ਪੈਟਾ ਲਾਓ ਨਹੀਂ ਨਹੀਂ 83-78 ਇੱਥੇ ਲਾਓ ਪਾਪਾ ਬਾਈ ਸਾਰੀਆਂ ਵੀ ਪਾ ਕੇ ਦੇਖੋ ਜਿਹੜੀ 21-22 ਹੋ ਗਈ 24 ਤੱਕ ਪਾਓ 11ਵਾਂ ਨਾਮ ਹੈ ਸੁੱਖਾ ਮੁੰਡੀਆਂ ਹਰਸ਼ ਮੁੰਡੀਆਂ ਐਪੀ ਮੁੰਡੀਆਂ 21-77 ਜੀ 11ਵਾਂ ਨਾਮ 12ਵਾਂ ਵੀ ਹਰਸ਼ ਮੁੰਡੀਆਂ ਐਪੀ ਮੁੰਡੀਆਂ ਸੁੱਖਾ ਮੁੰਡੀਆਂ 21-78 12ਵਾਂ ਵੀ ਬਈ ਅੱਜ ਤੇਜੀ ਬਾਬਰਪੁਰ ਦਾ ਆਪਣੀ ਖੇਡ ਚ ਮਾਨ ਸਨਮਾਨ ਵੀ ਆਉਣਾ ਤੇਜੀ ਬਾਬਰਪੁਰ ਤੇਰਵਾਂ ਨਾਮ ਹੈ ਜੀ ਮਨਿੰਦਰ ਸਿੰਘ ਮਾਵੀ ਪਿੰਡ ਬਟਵਾਲੀ 21-83 13ਵਾਂ ਨਾਮ ਚੌਦਵਾਂ ਨਾਮ ਹੈ ਜੀ ਬੁੱਗਾ ਚੈੜੀਆਂ ਕੁਲਵੰਤ ਸਿੰਘ ਇਟਲੀ ਢੋਲਣ ਮਾਜਰਾ ਇਹ ਨੱਥ ਫਸਲ ਹੀ ਬੱਚਾ ਭੱਜ ਗਿਆ ਥੋੜ੍ਹਾ ਢੋਲਣ ਮਾਜਰੇ ਦਾ ਖਿਆਲ ਨਹੀਂ ਕਰਿਆ ਤੁਸੀਂ ਟਾਈਮ 21-96 ਚੌਦੀ ਇਹ ਠਹਿਣੇ ਆ ਜੀ 14-15 ਪਾਈਦਾ ਐਂ ਕਰਨੇ ਐਂ ਪਾਉਣਾ ਕਿਹਦੇ 14 ਉਹਦੇ ਵੀ ਪਾਉਣਾ ਤਾਂ ਪਲੱਸ 15 ਇਹਦਾ ਵੀ 14ਵਾਂ ਹੀ ਬਣਦਾ ਜੀ ਬਲਜਿੰਦਰ ਸਿੰਘ ਦਿਆਲਪੁਰਾ 21-96 ਬਲਜਿੰਦਰ ਸਿੰਘ ਦਿਆਲਪੁਰਾ 21-96 ਬਲਜਿੰਦਰ ਸਿੰਘ ਦਿਆਲਪੁਰਾ ਸੀ ਕਾਸਵੀਰ ਕੀ ਹਾਲ ਹੈ ਬਹਿ ਧਰਮਾਦੀਆਂ ਸਰਦਾਰ ਕਿੰਦਰ ਮਡੋਲੀ ਸੁੱਖਾ ਜੰਡਪੁਰ ਛੋਟਾ ਸਿੰਘ ਰੋੜਾ ਕੇਂਦਰ ਮਡੋਲੀ ਹਾਨੀ ਮਡੋਲੀ ਰੋਡਾ ਕਾਈਨੌਰ ਮਨਜੀਤ ਸਿੰਘ ਸੰਤਪੁਰ ਧੰਨਵਾਦ ਜੀ ਬੜੀ ਮਿਹਰਬਾਨੀ ਗੋਰਖਾ ਦਾ ਭਾਈ ਉਹ ਤੂੰ ਉੱਥੇ ਕੀ ਕਰਨ ਲੱਗ ਗਿਆ ਤੂੰ ਤਾਂ ਸਭ ਦੇ ਪਿੱਛਾ ਉਹਨੇ ਚੋਦਿਆ ਨਾਰਦਾ ਹੋਇਆ ਹੈ ਰਾਜੇ ਨੇ ਤਾਂ ਧਾਰਾ ਲੈਣੀ ਰਾਜੇ ਤੂੰ ਆਪਣਾ ਭੈਣ ਚੋਦਾ ਇੱਥੇ ਰਿਜਲਟ ਬਣਾਈ ਦਾ ਉੱਥੇ ਖੜੇ ਰਹਿੰਦੇ ਤੁਸੀਂ ਤੂੰ ਵੀ ਇਹੀ ਹੈ ਤੂੰ ਕਿਹੜੇ ਭੈਣ ਚੋਦੇ ਦੇ ਆ ਜਾਂਦੇ ਮਨਪ੍ਰੀਤ ਲਓ ਜੀ ਪਹਿਲਾ ਨਾਮ ਜਿਹੜਾ ਅੱਜ ਦੇਣਾ ਹੈ ਸਨੀ ਮਨਪ੍ਰੀਤ ਸਨੀ ਮਨਦੀਪ ਸਿੰਘ ਬਰਵਾਲਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਨਦੀਪ ਸਿੰਘ ਬਰਵਾਲਾ ਆ ਸਾਰਾ ਹੀ ਰੋਕਣਾ ਪੈ ਗਿਆ ਕੰਮ ਜਿਹਦੇ ਪਰਚੀਆਂ ਜਿਹਨੇ ਜਿਹਦੇ ਹੋ ਜਾਣਾ ਤਾਂ ਪਰ ਝੰਡੀ ਵਾਲਾ ਆਵੇ ਨਾ ਆਵੇ ਤੁਸੀਂ ਝੰਡੀ ਨਾਲ ਬੰਨੇ ਹੋਏ ਪਰਚੀਆਂ ਫੜੋ ਭੱਜਿਆ ਹੋ
16वां नंबर है सुखप्रीत जरगड़ी 2207 16वां नंबर सुखप्रीत जरगड़ी 2207 17वां नंबर है जी थोड़ी तेजी कर लो जी सरबण सिंह ढिल्लों पंजणा 2222 सरबण सिंह ढिल्लों पंजणा 2222 ले भाई 17वां नाम 18वां नाम है सरपंच हरनेक सिंह बगनी कलां 2232 सरपंच हरनेक सिंह बगनी कलां 2232 18वां नाम 19वां नाम है सुक्का चूड़ चक जस्सा टप्परियां 2239 19वां नाम ਉਹ ਕੋਈ ਨਹੀਂ ਫਿਰ ਤੂੰ ਆਜੂਗੀ ਤੇਰੀ ਵੀ ਦੇਖ ਪਿਆ ਚੈੱਕ ਕਰੋ ਕਰ ਜੀ ਕਿਉਂ ਤੁਹਾਡੇ ਕੋਲ ਪਰਚੀ ਉਹ ਤੁਸੀਂ ਚੈੱਕ ਕਰ ਵੀ ਦੇਖ ਆਹ ਕਾਪੀ ਜੀ ਦੇਖੋ ਰਿਜ਼ਲਟ ਬਈ ਨਹੀਂ ਨਹੀਂ ਇਹ ਤਾਂ ਹੋਰ ਹੈ ਬਹੁਤ ਇਹਦਾ ਚੂੜ ਜਾ ਕੇ ਟੱਪਣੀਆਂ ਹੈ ਬਚਾ ਸਿੰਘ ਭੂੜੇ ਦੇਖੋ ਚਲ ਪ੍ਰੇਮ ਪਰਾ ਕਰ ਚਲੋ ਉਨੀਵਾਂ ਨਾਮ ਹੈ ਸੁੱਖਾ ਚੂੜ ਚੱਕ ਜੱਸਾ ਟੱਪਰੀਆਂ 2239 ਕੋਈ ਨਹੀਂ ਮੈਂ ਦੋ ਲਾ ਲਓ ਤੂੰ ਤਾਂ ਬੂਹੇ ਠੋਕਦਾ ਗੱਲ 20ਵਾਂ ਨਾਮ ਹੈ ਜੀ ਦਲਜੀਤ ਸਿੰਘ ਘੜੂਆ ਗੁਰੀ ਬਬਨਾੜਾ 2241 ਲੈ ਭਾਈ ਗਰਮੇਲ ਸਿੰਘ ਬਾਲਸਣਾ 20ਵਾਂ ਨਾਮ ਹੈ ਜੀ 2241 22ਵਾਂ ਨਾਮ ਜੀਤੀ ਘੜੂਆ ਕਲਵੀਰ ਸਿੰਘ ਖਾਨਪੁਰ 2253 22ਵਾਂ ਨਾਮ ਜੀ 2223 ਇੱਥੇ ਚੱਲੇ ਆ ਕੋਈ ਨੀ ਉੱਥੇ ਤੇ ਬੋਲਦਾਂਗੇ ਤੁਸੀਂ ਕਰੀ ਜਾਓ ਕੋਈ ਹਰਸ਼ ਮੁੰਡੀਆਂ ਸੀ 2253 ਹਰਸ਼ ਮੁੰਡੀਆਂ ਸੀ 2253 ਤੇ 22ਵਾਂ ਨਾਮ 24ਵਾਂ ਨਾਮ ਕੋਈ ਤੂੰ ਲਿਖੀ ਜਾਓ ਦਰਸ਼ਨ ਸਿੰਘ ਹੰਸਰੋਂ ਦੁਆਬਾ 2256 24ਵਾਂ ਨਾਮ ਲੈ ਭਾਈ ਦੇਵ ਤਲੇਰ ਕਲਾਂ ਸੁਖਦੇਵ ਸਿੰਘ ਸਦੌੜ 2256 ਸਦੌੜ ਬਈ ਛੱਬੀਵਾਂ ਨਾਮ ਹੈ ਜੱਸਾ ਹੇੜੀਆਂ 2259 ਜੱਸਾ ਹੇੜੀਆਂ 2259 ਸਤਾਈਵਾਂ ਨਾਮ ਹੈ ਬਲਵਿੰਦਰ ਸਿੰਘ ਐਡੀਓ ਬਲਵਿੰਦਰ ਸਿੰਘ ਭੂਦਨ ਗੋਲਡੀ ਲੰਡਾ 2272 ਬਈ ਲਿਖਿਆ ਨਹੀਂ ਹੋਇਆ ਚਲੋ ਰਣਧੀਰ ਸਿੰਘ ਲੰਡਾ ਕੋਈ ਨਹੀਂ ਚਲੋ 28ਵਾਂ ਨਾਮ ਅਰਸ਼ਵੀਰ ਰੁੜਕੀ ਬਚਨ ਸਿੰਘ ਭੂਲੜੇ 2275 ਜੀ 28ਵਾਂ ਨਾਮ ਆਹ ਫਲ ਰੋਣ 29ਵਾਂ ਨਾਮ ਹੈ ਸਤਨਾਮ ਸਿੰਘ ਸਿੱਧਵਾਂ 2291 ਸਤਨਾਮ ਸਿੰਘ ਸਿੱਧਵਾਂ 2291 29ਵਾਂ ਨਾਮ 30ਵਾਂ ਨਾਮ ਹੈ ਜੀ ਬਿੱਲੂ ਸਿੰਘ ਗੁਰਪ੍ਰੀਤ ਸਿੰਘ ਸਿੰਘਪੁਰਾ 2294 31ਵਾਂ ਨਾਮ ਦਰਸ਼ਨ ਸਿੰਘ ਹੰਸਰੋਂ 2295 32ਵਾਂ ਨਾਮ ਹੈ ਜੀ ਹਰਨੇਕ ਸਿੰਘ ਮੌਲੀ 23 1 ਲੈ ਭਾਈ
ਹਰਨੇਕ ਸਿੰਘ ਜੀ ਮੌੜੀ ਆਪਦੇ ਗਨਵਾਨ ਤੇਜੀ ਨੂੰ 3998 ਹੈ ਜੀ 2998 ਲੱਗੀ ਹੋਈ ਹੈ ਦੇਖ ਬਾਈ 2998 ਲਵਿੰਦਰ ਪੂਰੜੇ ਇਮੇਲ ਪੂਰੜੇ 2998 ਇੱਕ ਵੀ ਪਿੰਡ ਦੇ 2298 ਇੱਧਰ ਦੇਖੋ ਨਾ ਇੱਧਰ ਜਿਹੜੋ ਕਹਿੰਦਾ ਚੈੱਕ ਕਰੋ ਉਹਨੂੰ ਠੀਕ ਲੱਗਿਆ ਕਿ ਨਹੀਂ ਲੱਗਿਆ ਦੇਖੋ 99 ਪੁੱਛੋ ਕਿਹਦੇ ਨਾਲ ਤੇ ਐਂਟਰੀ 9 ਪੜੀਦਾ ਟਾਈਮ ਤਾਂ ਉਹਨਾਂ ਦੇ ਕਹਿੰਦੇ ਆਪਾਂ ਦੇਖਣਾ ਸੀ 9 ਦੇਖੋ 9 ਦੇਖੋ 9 ਕਿਹਦੇ ਨਾਲ ਤੇ ਐਂਟਰੀ ਹਨੀ ਹਨੀ ਭੂਲ ਦੇ ਪੜੋ ਭਾਈ ਪੂਰਾ ਪੜੋ ਹਨੀ ਭੂਲ ਦੇ ਹਨੀ ਦਾ ਪੜੋ 9 ਹਨੀ ਦਵਿੰਦਰ ਭੂਲ ਦੇ 2998 ਇਹਦੇ ਪਰਚੀ ਕੱਢੋ ਹਰੇਕ ਸਿੰਘ ਮੌਲੀ ਦੇ ਉੱਪਰ ਹੈ ਇਹਨੂੰ ਠੀਕ ਕਰ ਲਓ ਇਹਨੂੰ ਠੀਕ ਕਰੋ ਕੱਟ ਕੇ ਪਿੱਛਾ ਤੇ ਪਰਚੀ ਕੋ ਕੱਢ ਕੇ ਦੇ ਦਿਓ ਪੁੱਠੀ ਭਰ ਕੇ ਪੁੱਠੀ ਪਰਚੀ ਕਰ ਲਈ ਪਿੱਛਾ ਲਿਖ ਲਓ ਲਿਖ ਲਓ ਕੱਟ ਕੇ ਇਹਨਾਂ ਦਾ ਵੀ ਦੇਖ ਲਓ ਕੋਈ ਨੀ ਮੂਹਰਾ ਲਿਖ ਲਾਂਗੇ ਇਹਦੇ ਪਰ ਟਾਈਮ ਪਾਓ ਜਾਂ ਕਿੰਨਾ ਬਣਦਾ ਇਹ ਲਿਖਾਓ ਉੱਥੇ ਇਹ ਲਿਖ ਲਿਆ ਨਾਮ ਇਹਨਾਂ ਦਾ ਉੱਥੇ ਪੁੱਛੋ ਕਿਆ ਨਾਮ ਆ 32ਵਾਂ ਨਾਮ ਦੇਖ ਵੀਰ ਪਹਿਲਾਂ 32ਵਾਂ ਕਲੀਅਰ ਕਰ ਆ 32ਵਾਂ ਨਹੀਂ ਨਾ ਇਹ ਹੋ ਗਿਆ ਜੀ ਹਾਂਜੀ ਦਵਿੰਦਰ ਸਿੰਘ ਪੂਰੜੇ 32ਵਾਂ ਨਾਮ 2298 24 ਕੁਛ ਤੱਕ ਲਓ ਭਾਈ 33 ਹਰਨੇਕ ਸਿੰਘ ਮੌਲੀ ਲੈ ਭਾਈ 23 ਹੋ ਗਿਆ 34 ਦੇਖੋ 34ਵਾਂ ਨਾਮ ਹੈ ਜੀ ਕੁਲਵੰਤ ਸਿੰਘ ਚਨਾਰਤਲ ਖੁਰਦ 23-2 ਕੁਲਵੰਤ ਸਿੰਘ ਚਨਾਰਤਲ ਦੀ ਪਰਚੀ ਕਿੱਥੇ ਦੇ ਦਿੱਤੀ 35ਵਾਂ ਨਾਮ ਹੈ ਜੀ ਕਮਲ ਅਰੋੜਾ ਜੋਤ ਅਰੋੜਾ 23-4 ਪਰਚੀ ਦਿਓ ਬਈ ਰੋੜੇ ਵਾਲਿਓ ਪਰਚੀ ਜੇ ਲੈਣੀ ਹੈ ਪਰਚੀ ਆਪਣਾ 100 ਰੁਪਇਆ ਦਿਓ ਰੋੜੇ ਵਾਲੇ ਪਹਿਲਾਂ 100 ਰੁਪਇਆ ਜਮ੍ਹਾਂ ਕਰਾਓ ਆਪਣਾ ਤੁਹਾਡੀ ਐਂਟਰੀ ਨਹੀਂ ਆਈ 500 ਦੇ ਝੋਲਣੇ ਭਾਈ 100 ਰੁਪਇਆ ਦਾ ਲੈਣਾ ਲਓ ਬਈ ਆਹ 100 ਰੁਪਇਆ ਲਓ ਕੀ ਕੋਲ ਐਂਟਰੀ ਆ ਲਓ 23-6 ਦਾ ਸਮਾਂ ਜੀ 36ਵਾਂ ਨਾਮ ਗੁਰਪ੍ਰੀਤ ਆਨੰਦਪੁਰ 23-6 ਲੈ ਬੋਲੇ ਸੈਂਤੀ ਸਨੀ ਮੱਲਾ ਵੇਦੀਆਂ 23-19 37 ਸਨੀ ਮੱਲਾ ਵੇਦੀਆਂ 23-19 38 ਸਰਦਾਰ ਚਰਨ ਸਿੰਘ ਜੀ ਗਿੱਲ ਗਿੱਲਾਂ 23-46 ਸਤਿ ਸ਼੍ਰੀ ਅਕਾਲ ਇਹ ਪਰਚੀਆਂ ਲੈ ਲਓ ਆਪਣੀਆਂ ਭਾਈ ਜੀਤੀ ਗੜੂਆ ਕੁਲਵੀਰ ਖਾਨਪੁਰ ਦੇਵ ਤਰੇਲ ਕਲਾਂ ਸੁਖਦੇਵ ਸੁਧਾਉਣ ਇਹ ਵੀ ਆਪਣੀ ਪਰਚੀਆਂ ਲੈ ਜਾਓ ਔਰ 40ਵਾਂ ਨਾਮ ਜੀ ਧਨੋਆ ਗਰੁੱਪ ਘੜੂਆ ਏ 23-50 ਧਨੋਆ ਗਰੁੱਪ ਦੀ ਤੁਹਾਨੂੰ ਫੜਾ ਦੂੰ ਬਾਈ ਜਿੰਦੀ ਗੁੱਡੂ ਦਾ ਸਪੁੱਤਰ ਹੈ ਉਹ ਤਾਂ ਹੋਰ ਵੀ ਉਹ ਖੁਸ਼ੀ ਦੀ ਗੱਲ ਹੈ ਮਾਨ ਹੈ ਹੈਲੋ ਲੈ ਕੋਲੇ ਉਹ 500 ਰੁਪਇਆ ਭਾਈ ਹਰਨੇਕ ਸਿੰਘ ਮੌੜੀ ਕਿਹਨੂੰ ਦੇ ਗਿਆ ਤਾ ਇਹ ਮੌੜੀ ਸਾਹਿਬ ਕਿਹਨੂੰ ਦੇਣਾ ਉਹ ਆ ਜਾ ਤੇਜੀ ਪੈਸੇ ਤਾਂ ਫੜ ਲੈ ਕਰੋ ਯਾਰ ਹੈ ਪੈਸੇ ਵੀ ਨਹੀਂ ਫੜਨੇ ਤੁਸੀਂ ਕਿਆ ਕਰਨਾ ਸਹੁਰੇ ਹੋਰ ਹੈ ਮਾਇਆ ਫੜੋ ਆਪਣੀ
ਸੁੱਖਾ ਸ਼ਾਂਤਪੁਰ ਰਣਜੀਤ ਸਿੰਘ ਦੁਸਾਰਨਾ ਤੇ 59 ਭਾਈ ਲੈ ਭਾਈ 40ਵਾਂ ਨਾਮ 41ਵਾਂ ਨਾਮ ਹੈ ਸੰਦੀਪ ਰਤਨਗੜ 2366 ਸੰਦੀਪ ਰਤਨਗੜ 2366 ਭਾਈ ਕਿਸੇ ਦਾ ਘੱਟ ਸਮਾਂ ਲੱਗਿਆ ਵੀ 2366 ਤੇਰੀ ਪਰਚੀ ਨਾ ਦਿੱਤੀ ਹੋਵੇ ਨਾਮ ਵੰਡਣ ਤੋਂ ਪਹਿਲਾਂ ਜ਼ਰੂਰ ਸੁਣ ਲਾਂਗੇ ਨਾਮ ਵੰਡੇ ਦੇ ਬਾਅਦ ਸਾਡੇ ਹੱਥੇ ਨਹੀਂ ਕੁਛ ਸੁਣਨਾ ਉਹ ਸੁੱਖੇ ਆਹ ਫਲ ਪਾਣੀ ਦੀ ਬੋਤਲ ਕਿੱਥੇ ਮੁੰਡਾ ਆਪਣਾ ਉਹ ਫਲ ਗੱਡੀ 'ਚ ਰਾਖੇ ਨੂੰ ਲਓ ਜੀ ਸਪੈਸ਼ਲ ਨਾਮ ਹੈ ਜੀ ਵਿੱਕੀ ਬਾਠ ਕੁਰਾਲੀ ਧਨੋਆ ਗਰੁੱਪ ਨੂੰ ਆਪਣੀ ਪਰਚੀ ਲੈ ਲੈਣ ਆ ਲੈ ਲਓ ਭਾਈ ਪਰਚੀ ਧੰਨਵਾਦ ਜੀ ਬੜੀ ਮਿਹਰਬਾਨੀ ਮੈਂ ਆਪਦੀ ਪਾਰਟੀ ਵੱਲੋਂ ਸਾਰੇ ਨਗਰ ਦਾ ਘੜੋਏ ਦਾ ਧੰਨਵਾਦ ਕਰਦਾ ਬੜੀ ਥੋੜ੍ਹੀ ਮਿਹਰਬਾਨੀ ਸਾਰੇ ਨਗਰ ਦੀ ਬੜਾ ਮਾਣ ਬਖਸ਼ਦੇ ਹੋ ਬੁਲਾ ਕੇ ਆਪਦੇ ਮੇਲਿਆਂ ਦੇ ਵਿੱਚ ਧੰਨਵਾਦ ਇਹਦੇ ਨਾਲ ਹੀ ਮੇਲਾ ਕਰਦਾ ਸਮਾਪਤ ਬੁਲਾਇਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਨੀ ਧਨੋਏ ਵੱਲੋਂ ਦਿੱਤਾ ਜਾ ਰਿਹਾ ਜੀ ਬੈਲ ਗੱਡੀ ਦਾ ਪਹਿਲਾ ਨਾਮ ਸਨੀ ਧਨੋਏ ਵੱਲੋਂ ਦੂਜਾ ਮੈਚ ਚਮਕੌਰ ਸਾਹਿਬ ਦਾ ਘੜੂਆਂ 70 ਕਿਲੋ ਭਾਰ ਵਾਲੀ ਉਹ ਵੀ ਟੀਮ ਤਿਆਰ ਕਰ ਮਤਲਬ ਪਰਚੀ ਵੀ ਫੜਨੀ ਕੋਲ ਨਹੀਂ ਹੋ ਜਾ ਪਰਚੀਆਂ ਫੜ ਕੇ ਦੇ ਨਾਮ ਪਰਚੀ ਬਿਨਾਂ ਨਹੀਂ ਨਾਮ ਦੇਣਾ ਕਿਸੇ ਨੂੰ ਵੀ ਤੀਜਾ ਹੋ ਗਿਆ ਜੀ ਨਹੀਂ ਨਹੀਂ ਹਾਂਜੀ ਦੂਜਾ ਜਜਾਰ ਦੂਆ ਨਾਮ ਹੋ ਗਿਆ ਤੀਜਾ ਦੀਪਾ ਕਾਲੋ ਯੂ ਐਸ ਏ ਜੰਗ ਸਿੰਘ ਬੁਲਾਵਾ ਰੋਡਾ ਗਾਈਨੌਰ ਧਨੋਆ ਗਰੁੱਪ ਦੂਆ ਬਈ ਦੂਜਾ ਨਾਮ ਹੈ ਧਨੋਆ ਗਰੁੱਪ ਬਾਈ ਬੀਬੀ ਪਰ ਤੇ ਹਾਜ਼ਰ ਬਰਡੀ ਆਲੇ ਗਰਾਊਂਡ ਚ 70 ਕਿਲੋ ਭਾਰ ਵਾਲੀ ਉਹ ਖੜ ਜਾ ਇੱਕ ਮਿੰਟ ਛੋਟੇ ਬਾਈ ਹੁਣ ਖੜ ਜੀ ਇੱਕ ਮਿੰਟ ਦੂਜਾ ਮੈਚ ਚਮਕੌਰ ਸਾਹਿਬ ਤੇ ਘੜੂਆ ਏ ਤੀਜਾ ਮੈਚ ਸਕਰੂਲਾ ਪਰ ਦਾ ਬਜਹੇੜੀ ਨਾਲ ਮੜੌਲੀ ਦਾ ਮੈਚ ਬਗਲੀ ਕਲਾਂ ਨਾਲ ਸਾਰੀਆਂ ਟੀਮਾਂ ਤਿਆਰ ਰਹਿਣ 70 ਕਿਲੋ ਦੀਆਂ ਖੜ ਜਾ ਇੱਕ ਮਿੰਟ ਛੋਟੇ ਬਾਈ ਖੜ ਜਾ ਇੱਕ ਮਿੰਟ ਪਹਿਲਾ ਨਾਮ ਸਨੀ ਵੱਲੋਂ ਤਾਂ ਦੂਆ ਕੁਲਵਿੰਦਰ ਵੱਲੋਂ ਤੀਆ ਬੱਲੇ ਵੱਲੋਂ ਹੈ ਦੀਪਾ ਕਾਲੋ ਯੂ ਐਸ ਏ ਜੰਗ ਸਿੰਘ ਬੁਲਾਵਾ ਤੀਆ ਨਾਮ ਜੀ ਇਹ ਬੱਲੇ ਵੱਲੋਂ ਹੈ ਜੀ ਉਹ ਨਾਮ ਤੀਆ ਜਜਾਰ ਪਰਚੀ ਫੜ ਕੇ ਕਲੀਅਰ ਕਰਦੇ ਕਰ ਜਜਾਰ ਜਜਾਰ ਫਿਰ ਮੈਨੂੰ ਦੱਸ ਦੇ ਕਰ ਹੱਥ ਖੜਾ ਕਰਦੇ ਕਰ ਹੋ ਗਿਆ ਤੀਜਾ ਨਾਮ ਜਾ ਉਹਨੂੰ ਦੱਸ ਦੀ ਇਨਾਮ ਲੈਣ ਇੱਕ ਬੰਦਾ ਆਵੇ ਚੌਥਾ ਨਾਮ ਐਸ ਡੀ ਓ ਬਲਵਿੰਦਰ ਸਿੰਘ ਭੋਜਨ ਬੀਡੋ ਛਪਾਰ ਐਸ ਡੀ ਓ ਬਲਵਿੰਦਰ ਸਿੰਘ ਭੋਜਨ ਬੀਡੋ ਛਪਾਰ ਟਾਈਮ ਲਾਇਆ ਉਹਨਾਂ ਨੇ 21:48 21:48 ਸਮਾਂ ਲਾਇਆ ਉਹਨਾਂ ਨੇ ਚੌਥਾ ਨਾਮ ਬਾਈ ਬੇਨਤੀ ਆ ਤੁਸੀਂ ਨਾਮ ਫੜ ਕੇ ਹੌਲੀ ਹੌਲੀ ਗਾਂ ਹੋਈ ਜਾਓ ਇਕੱਠ ਨਾ ਕਰੋ ਇੰਨਾ ਉਰੇ ਦੋ ਨਾਮ ਬਹੁਤ ਹੈ ਇੱਕ ਇੱਕ ਦੋ ਦੋ ਸਭ ਤੇ ਬਣਾ ਦੋ ਕੁਲਵੀਰ ਸਮਰੌਲੀ ਜੀ ਜਿੱਥੇ ਆਵਾਜ਼ ਸੁਣਦੇ ਆ ਇੱਕ ਇੱਕ ਦੋ ਦੋ ਆ ਮਨ ਪਿਤਾ ਅੱਗੇ ਆਵੇ ਬਾਈ ਮਨ ਪਿਤਾ ਗਗਨ ਜਿਹੜੀ ਟੀਮ ਹੈ ਨਾ ਆਪਣੀ ਬੈਲ ਗੱਡੀ ਵਾਲੀ ਢਿੱਲੋਂ ਸਾਰੇ ਆਪਣੇ ਵੀਰ ਅੱਗੇ ਆਓ ਤੁਹਾਡੇ ਵੱਲੋਂ ਨਾਮ ਦੇਣੇ ਸਾਰੇ ਤੁਸੀਂ ਦੇਣੇ ਅੱਗੇ ਹੋ ਕੇ ਜਾਓ ਆਲ ਫੜੋ ਜਯਾਰ ਚੌਥਾ ਨਾਮ ਹੋ ਗਿਆ ਹਾਂ ਚਲੋ ਜੀ ਐਸ ਡੀ ਓ ਬਲਵਿੰਦਰ ਸਿੰਘ ਭੋਜਨ ਬੀਡੋ ਛਪਾਰ ਚੌਥਾ ਨਾਮ ਜੀ ਪੰਜਵਾਂ ਨਾਮ ਹੈ ਜਸਕਰਨ ਸਿੰਘ ਸਰਪ੍ਰੀਤ ਸਿੰਘ ਕੁਹਾੜਾ 21:50 ਪੰਜਵਾਂ ਨਾਮ ਜੀ ਪਰਚੀ ਫੜ ਲੈ ਹਾਂ ਛੇਵਾਂ ਨਾਮ ਹੈ ਜੀ ਜਸਵੀਰ ਸਿੰਘ ਵਿਦੇਸ਼ ਕਲਾ ਜੱਗੀ ਭਾਬੀਆਂ ਗਰਚਾ ਸਿੰਘ ਸੀਤਲ ਸਿੰਘ ਗਰਚਾ ਗੁਰਜੰਟ ਸਿੰਘ ਲਾਲ ਯੂ ਐਸ ਏ ਰਾਜੂ ਇਡਲੀ ਗੁੱਜਰਵਾਲ ਸੱਤਵਾਂ ਨਾਮ ਹੈ ਜਸਵੰਤ ਸਿੰਘ ਸਰਪੰਚ ਧੌਲ ਮਾਜਰਾ ਫੜ ਕੇ ਆਪਣਾ ਪਾਸੇ ਰਹੀ ਜਾਓ ਰਾਮ ਬਾਈ ਅੱਠਵਾਂ ਨਾਮ ਹੈ ਮਨਜੀਤ ਸਿੰਘ ਜਰਗੜੀ ਮਾਟਰ ਜੀ ਸਮਾਂ ਦਿਓ ਜੀ 70 ਕਿਲੋ ਦੀਆਂ ਦੋਨਾਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਜੀ ਕਬੱਡੀ 70 ਕਿਲੋ ਦੇ ਖਿਡਾਰੀ
ਉਹਨਾਂ ਦਾ ਬਾਅਦ ਅਗਲਾ ਮੈਚ ਕਬੱਡੀ 70 ਕਿਲੋ ਦਾ ਜਿਹੜਾ ਕਰਵਾਇਆ ਜਾਣਾ ਹੈ ਚਮਕੌਰ ਸਾਹਿਬ ਦੇ ਘੜੂਆ ਏ ਸੁਖਰੁੱਲਾਪੁਰ ਦੇ ਬਡੇਹੇੜੀ ਨਵਾਂ ਨਾਮ ਜੀ ਹਰਸ਼ ਮੁੰਡੀਆ ਹੈਪੀ ਮੁੰਡੀਆ ਸੁੱਖਾ ਮੁੰਡੀਆ ਨਵਾਂ ਨਾਮ ਜੀ ਹਰਸ਼ ਮੁੰਡੀਆ ਹੈਪੀ ਮੁੰਡੀਆ ਸੁੱਖਾ ਮੁੰਡੀਆ ਸ਼ੇਰਾ ਅਚਰਵਾਲ ਗੋਲਡੀ ਪਿੰਦਰ ਸੁਝਾਉਣ ਦਸਵਾਂ ਨਾਮ ਹੈ ਪ੍ਰੀਤਮ ਸਿੰਘ ਸਰਪੰਚ ਵਿਦੇਸ਼ ਕਲਾ ਸੁਖਦੇਵ ਸਿੰਘ ਬਲਾਣਾ ਦਸਵਾਂ ਨਾਮ ਜੀ ਪ੍ਰੀਤਮ ਸਿੰਘ ਸਰਪੰਚ ਵਿਦੇਸ਼ ਕਲਾ ਸੁਖਦੇਵ ਸਿੰਘ ਬਲਾਣਾ 2169 ਜੀ ਦਸਵਾਂ ਨਾਮ ਪਰਚੀ ਦੇ ਕੇ ਆਪਣਾ ਨਾਮ ਫੜੀ ਜਾਓ ਗਿਆਰਵਾਂ ਨਾਮ ਹੈ ਜੀ ਸੁੱਖਾ ਮੁੰਡੀਆਂ ਹਰਸ਼ ਮੁੰਡੀਆਂ ਹੈਪੀ ਮੁੰਡੀਆਂ ਗਿਆਰਵਾਂ ਨਾਮ ਬਾਰਵਾਂ ਨਾਮ ਹਰਸ਼ ਮੁੰਡੀਆਂ ਵੀ ਹਰਸ਼ ਮੁੰਡੀਆਂ ਵੀ ਤੇਰਵਾਂ ਨਾਮ ਹੈ ਭਾਈ ਮਨਮਿੰਦਰ ਸਿੰਘ ਮਾਵੀ ਬਟਵਾਲੀ ਤੇਰਵਾਂ ਨਾਮ ਮਨਮਿੰਦਰ ਸਿੰਘ ਮਾਵੀ ਬਟਵਾਲੀ ਜਜਾਰ ਇੱਥੇ ਦੋ ਇਕੱਠੇ ਆਉਣਗੇ ਦੋ ਲਫਾਫੇ ਜਾਣੇ ਇਹਨਾਂ ਨੂੰ ਚੌਦਵਾਂ ਪੰਦਰਵਾਂ ਨਾਮ ਹੈ ਜੀ ਪਾਲੀ ਜੈਣੀਆ ਕੁਲਵੰਤ ਸਿੰਘ ਇਡਲੀ ਬਲਜਿੰਦਰ ਸਿੰਘ ਦਿਆਲਪੁਰਾ ਇਹਨਾਂ ਨੂੰ ਦੋ ਲਫਾਫੇ ਦੇਣੇ ਜਜਾਰ ਸੁੱਖੀ ਪਟਵਾਰੀ ਸਟੇਜ ਦੇ ਕੋਲ ਆਵੇ ਜੀ ਸੁੱਖੀ ਪਟਵਾਰੀ ਸਾਡਾ ਵੱਡਾ ਵੀ ਸੁੱਖੀ ਪਟਵਾਰੀ ਗੇਟ ਉਹਦੀ ਗੱਡੀ ਦੀ ਚਾਬੀ ਚਾਹੀਦੀ ਝੂਲਿਆਂ ਦੇ ਵਿੱਚ ਪਏ ਸੁੱਖੀ ਪਟਵਾਰੀ ਸਟੇਜ ਪਰ ਪਹੁੰਚੇ ਜੀ ਚੌਦਾਂ ਪੰਦਰਾਂ ਸੋਲਵਾਂ ਨਾਮ ਹੈ ਜੀ ਸੁਖਪ੍ਰੀਤ ਸਿੰਘ ਜਰਗੜੀ 2207 ਬਈ ਸੋਲਵਾਂ ਨਾਮ ਸੁਖਪ੍ਰੀਤ ਜਰਗੜੀ ਸਤਾਰਵਾਂ ਨਾਮ ਹੈ ਸਰਵਣ ਸਿੰਘ ਢਿੱਲੋਂ ਪੰਜਲਾ ਦੁਆਬਾ ਟਾਈਮ ਹੈ ਭਾਈ 22:22 ਸਤਾਰਵਾਂ ਨਾਮ ਅਠਾਰਵਾਂ ਨਾਮ ਹੈ ਹਰਨੇਕ ਸਿੰਘ ਸਰਪੰਚ ਬਗਲੀ ਕਲਾਂ 2252 2232 ਹੈ ਭਾਈ ਇਹ ਹਰਨੇਕ ਸਿੰਘ ਸਰਪੰਚ ਬਗਲੀ ਕਲਾਂ 2232 ਅਠਾਰਵਾਂ ਨਾਮ 19ਵਾਂ ਨਾਮ ਹੈ ਜੀ ਸੁੱਖਾ ਚੂੜ ਚੱਕ ਜੱਸਾ ਟੱਪਰੀਆਂ ਸੁਖਰੁੱਲਾਪੁਰ ਵਰਸਿਜ ਗਰਾਊਂਡ 'ਚ ਆਉਣ 'ਚ ਟੀਮਾਂ ਬਡੇਹੇੜੀ ਸੁਖਰੁੱਲਾਪੁਰ ਵਰਸ ਬਡੇਹੇੜੀ ਬੀਬੀਪੁਰ ਵਰਸਿਜ ਹਸਨਪੁਰ ਵੀਹਵਾਂ ਨਾਮ ਹੈ ਦਲਜੀਤ ਸਿੰਘ ਸੈਨੀ ਘੜੂਆ ਵੀਹਵਾਂ ਨਾਮ ਦਲਜੀਤ ਸਿੰਘ ਅਤੇ ਸੈਨੀ ਘੜੂਆ 2141 ਬਈ ਨਾ ਗੁਰਮੇਲ ਸਿੰਘ ਮਾਰਸੰਡਾ ਜਜਾਰ ਜਜਾਰ ਉਹ ਇਹਨਾਂ ਨੂੰ ਬੀਮਾਰ ਕੀਮਾ ਇਕੱਠੇ ਦੇਣੇ ਆਪੇ ਵੰਡਣਗੇ ਬੀਮਾਰ ਕੀਮਾ ਜਜਾਰ ਉਹ ਮੰਨ ਲਓ ਇੱਧਰ ਆ ਜਾ ਤੂੰ ਜੇ ਤਾਂ ਬੀਮਾਰ ਕੀਮਾ ਆਪਣਾ ਵੰਡ ਲਿਓ ਬਈ ਠਹਿਣੇ ਤੁਸੀਂ ਬੀਮਾਰ ਕੀਮਾ ਨਾਮ ਠਹਿਣੇ ਗਾਂ ਕੋਈ ਰੌਲਾ ਨਹੀਂ ਚੱਲੇ ਦੇਣੇ ਹਾਂਜੀ ਹਾਂਜੀ ਉੱਥੇ ਹੁਣ ਚੁੱਲ ਹੋ ਗਈ ਬਾਈ ਆ ਜੀ ਜੀਤੀ ਘੜੂਆ ਕੁਲਵੀਰ ਸਿੰਘ ਖਾਨਪੁਰ ਬਾਈਵਾਂ ਨਾਮ ਹੈ ਜੀਤੀ ਘੜੂਆ ਕੁਲਵੀਰ ਖਾਨਪੁਰ ਕਨੇਡਾ ਫੜੀ ਜਾਣ ਦੇ ਜੀ ਤੇਰੀ ਹਰਸ਼ ਮੁੰਡੀਆਂ ਸੀ ਫੜਾ ਜਾਓ ਚੱਲ ਦਵਾਂ ਦਾ ਫੋਟੋ ਰਹਿਣ ਦਾ ਫੋਟੋ ਬਥੇਰੀਆਂ ਹੋ ਗਈਆਂ ਤੇਰੀ ਹਰਸ਼ ਮੁੰਡੀਆਂ ਸੀ ਤੇਈ 24 ਦਰਸ਼ਨ ਸਿੰਘ ਹੰਸਰੋ ਦੁਆਬਾ 24 25 ਹੈਲੋ ਦੇਵ ਸਿੰਘ ਦਲੇਰ ਕਲਾਂ 25 ਦੇਵ ਦਲੇਰ ਕਲਾਂ ਸੁਖਵਿੰਦਰ ਸਿੰਘ ਬੇਗੋਵਾਲ ਨੇੜੇ ਰਹਿਣ ਬਾਈ ਉਹਨਾਂ ਦਾ ਸਨਮਾਨ ਹੋਣਾ ਸੁਖਵਿੰਦਰ ਸਿੰਘ ਬੇਗੋਵਾਲ ਉਹਨਾਂ ਦਾ ਮੁੰਡਾ ਮਨਿੰਦਰ ਨੇੜੇ ਰਹੇ 26 ਜੱਸਾ ਹੇੜੀਆਂ 26 ਜੱਸਾ ਹੇੜੀਆਂ ਪਰਚੀ ਦੇ ਕੇ ਫੜੀ ਜਾਓ ਚੁੱਲ ਆਪਣੇ 26 ਜੱਸਾ ਹੇੜੀਆਂ 27 SDO ਬਲਵਿੰਦਰ ਸਿੰਘ ਭੂਜਨ ਹੈਲੋ ਪੰਮਾ ਕੋ ਜੀ ਬੀਬੀ ਪਰ ਹਸਨਪੁਰ ਦਾ ਮੈਚ ਚੱਲਦਾ ਹੈ ਨਿੰਦੇ ਅਗਲਾ ਮੈਚ ਫਿਰ ਚਮਕੌਰ ਸਾਹਿਬ ਦੇ ਘੜੂਆ ਘੜੂਆ ਦੇ ਚਮਕੌਰ ਸਾਹਿਬ ਗਰਾਊਂਡ ਨਾਲ ਜਿਹੜਾ 70 ਕਿਲੋ ਸੁਖਰੁੱਲਾਪੁਰ ਦੇ ਬਡੇਹੇੜੀ 28 ਹਰਸ਼ਵੀਰ ਸਿੰਘ ਰੁੜਕੀ
ਬਚਨ ਸਿੰਘ ਭੂਲੜੇ 28 ਅਰਸ਼ਵੀਰ ਰੁੜਕੀ ਬਚਨ ਸਿੰਘ ਭੂਲੜੇ 28 ਮਾਨਾ ਪੜੋ ਉਹ ਜਯਾਰ ਇਹਨਾਂ ਨੂੰ ਕੱਲੇ ਕੱਲੇ ਜੇ ਕਰਕੇ ਝੁੱਲ ਫੜਾਈ ਜਾ ਯਾਰ 28 ਅਰਸ਼ਵੀਰ ਰੁੜਕੀ ਸਤਨਾਮ ਸਿੰਘ ਸਿੰਧਵਾਲ ਜਗਰਾਓ ਸਤਨਾਮ ਸਿੰਘ ਸਿੰਧਵਾਲ ਜਗਰਾਓ 29 ਨੰਬਰ ਜੀ 30 ਨਾਮ ਹੈ ਭਾਈ ਗੁਰਪ੍ਰੀਤ ਸਿੰਘ ਬਰਾ 30 ਨਾਮ ਗੁਰਪ੍ਰੀਤ ਸਿੰਘ ਬਰਾ ਗੁਰਪ੍ਰੀਤ ਸਿੰਘ ਬਰਾ ਛੋਟੇ ਭਾਈ ਫਿਰ ਖੱਪ ਪੈ ਜਾਣੀ ਨਾ ਬੇਟਾ ਭਰੋਗੇ ਚਮਕੌਰ ਸਾਹਿਬ ਦੇ ਘੜੂਆ ਏ ਗਰਾਊਂਡ ਚਾਰਜ ਟੀਮਾਂ 70 ਕਿਲੋ ਦੀਆਂ 31 ਨਾਮ ਹੈ ਦਰਸ਼ਨ ਸਿੰਘ ਹਸਰੋਂ 31 ਦਰਸ਼ਨ ਸਿੰਘ ਹਸਰੋਂ 31 31 ਨਾਮ ਹੈ ਦਰਸ਼ਨ ਲਗਾਸਰੋਂ 31 32 ਹਨੀ ਦਵਿੰਦਰ ਭੂਲੜੇ 32 ਹਨੀ ਦਵਿੰਦਰ ਭੂਲੜੇ 32 33 ਹਰਨੇਕ ਸਿੰਘ ਮੌੜੀ 33 ਹਰਨੇਕ ਸਿੰਘ ਮੌੜੀ 34 ਕੁਲਵੰਤ ਸਿੰਘ ਜਨਾਰਥਲ ਕਲਾਂ 6 ਰਹਿ ਗਏ ਜੀ ਛੇਤੀ ਕਰੋ ਕੁਲਵੰਤ ਸਿੰਘ ਜਨਾਰਥਲ ਕਲਾਂ 35 ਕਮਲ ਅਰੋੜਾ ਜੋਤ ਅਰੋੜਾ ਅੰਮਾ ਜੀ ਕਿੰਨਾ ਕੁ ਟਾਈਮ ਰਹਿ ਗਿਆ ਜੀ 6-7 ਮੈਚ ਨੇ ਕਮਲ ਅਰੋੜਾ ਜੋਤ ਅਰੋੜਾ 36 ਗੁਰਪ੍ਰੀਤ ਸਿੰਘ ਆਨੰਦਪੁਰ 36 ਗੁਰਪ੍ਰੀਤ ਸਿੰਘ ਆਨੰਦਪੁਰ ਕਿਆ ਲਵੇ 37 ਸਨੀ ਮੱਲਾ ਵੇਦੀਆਂ ਦੁਆਬਾ 37 ਸਨੀ ਮੱਲਾ ਵੇਦੀਆਂ ਦੁਆਬਾ 37 38 ਚਰ ਸਿੰਘ ਜੀ ਗਿੱਲ ਗਿੱਲਾ 38 ਚਰ ਸਿੰਘ ਜੀ ਗਿੱਲ ਗਿੱਲਾ 38 48 ਧਨੁਆ ਗਰੁੱਪ ਘੜੂਆ ਏ 48 ਧਨੁਆ ਗਰੁੱਪ ਘੜੂਆ ਏ ਹਾਂਜੀ ਟੀਮਾਂ ਆਉਣ ਜੀ ਚਮਕੌਰ ਸਾਹਿਬ ਦੇ ਘੜੂਆ ਚਮਕੌਰ ਸਾਹਿਬ ਦੇ ਘੜੂਆ ਦੀਆਂ ਟੀਮਾਂ ਗਰਾਊਂਡ ਚਾਰ ਜੀ ਉਸ ਤੋਂ ਬਾਅਦ ਸੁਖਰੁੱਲਾਪੁਰ ਦੇ ਵੱਡੇ ਹੇੜੀ ਇਹ ਟੀਮਾਂ ਵੀ ਤਿਆਰ ਹਨ ਮਰੌਲੀ ਤੇ ਬਗਲੀ 40 ਸੁੱਖਾ ਸਾਧਪੁਰ ਔਰੰਗਜੀਤ ਸਿੰਘ ਦੁਸਾਰਨਾ 40 ਸੁੱਖਾ ਸਾਧਪੁਰ 41 ਭਾਈ ਸੰਦੀਪ ਰਤਨਗੜ 41 ਸੰਦੀਪ ਰਤਨਗੜ ਇਹ ਨਾਮ ਤੇ ਜੀ ਬਸ ਲਓ ਪ੍ਰਾਪਤ ਕਰ ਲੈਣ ਬਿੱਕੀ ਬਾਠ ਕਰਾਲੀ ਸਪੈਸ਼ਲ ਨਾਮ ਇਹਨਾਂ ਦਾ ਲੈਣ ਹੈਲੋ ਆ ਸਨਮਾਨ ਲਓ ਜੀ ਸੁਖਵਿੰਦਰ ਸਿੰਘ ਬੇਗੋਵਾਲ ਨਾਲ ਧਨੋਆ ਗਰੁੱਪ ਵੀ ਆਵੇ ਬਿੱਕੀ ਬਾਠ ਕਰਾਲੀ ਦੇ ਧਨੋਆ ਗਰੁੱਪ ਦਾ ਸਪੈਸ਼ਲ ਨਾਮ ਹੈ ਜੀ ਆਪਣਾ ਲੈ ਲੈਣ ਲੈ ਲਓ ਭਾਈ ਧੰਨਵਾਦ ਆ ਸਨਮਾਨ ਕਰਿਓ ਜੀ ਸੁਖਵਿੰਦਰ ਸਿੰਘ ਬਾਂਗੜ ਪਿੰਡ ਬੇਗੋਵਾਲ ਇੱਕ ਸਨਮਾਨ ਲਓ ਜੀ ਮਨਪ੍ਰੀਤ ਸਿੰਘ ਕਾਕਾ ਦੋ ਮਨਪ੍ਰੀਤ ਹੋ ਗਏ ਸਨਮਾਨ ਜੀ ਮੈਂ ਬੇਨਤੀ ਕਰਦਾ ਸਰਦਾਰ ਸਿਮਰਨਜੀਤ ਸਿੰਘ ਜੀ ਚੰਦੂ ਮਾਜਰਾ ਸਾਹਿਬ 2 ਮਿੰਟ ਲਈ ਹੈਲੋ ਬਹੁਤ ਹੀ ਸਤਿਕਾਰਯੋਗ ਮੰਚ ਤੇ ਬੈਠੇ ਇਸ ਹਲਕੇ ਦੀ ਸ਼ਾਨ ਬੀਬੀ ਸਤਵੰਤ ਕੌਰ ਜੀ ਸੰਧੂ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਇੰਚਾਰਜ ਸਾਹਿਬ ਹਰਮਿੰਦਰ ਸਿੰਘ ਜੀ ਸੰਧੂ ਸਾਹਿਬ ਮੇਰੇ ਵੀਰ ਬੱਬੀ ਬਾਦਲ ਜੀ ਸਾਡੇ ਮਾਨਯੋਗ ਮੈਂਬਰ SGPC ਚਰਨਜੀਤ ਸਿੰਘ ਕਾਲੇਵਾਲ ਸਾਹਿਬ ਅਤੇ ਇਸ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਰ ਰੁਲਦਾ ਸਿੰਘ ਭੰਡਾਰੀ ਸਾਹਿਬ ਸਰ ਸਰਬਜੀਤ ਸਿੰਘ ਜੀ ਸਾਡੇ ਸਰਕਲ ਪ੍ਰਧਾਨ ਸਰ ਹਰਪ੍ਰੀਤ ਸਿੰਘ ਜੀ ਭੰਡਾਰੀ ਸਾਹਿਬ ਸਰ ਇਕਬਾਲ ਸਿੰਘ ਜੀ ਸਰ ਹਰਜੀਤ ਸਿੰਘ ਜੀ ਸਰ ਨਾਰ ਸਿੰਘ ਜੀ ਸਾਡੇ ਮਾਨਯੋਗ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰ ਮਲਕੀਤ ਸਿੰਘ ਖੱਟੜਾ ਜੀ ਟੋਨੀ ਜੀ ਅਤੇ ਸਰ ਕੁਲਵੀਰ ਸਿੰਘ ਜੀ ਅਤੇ ਹੋਰ ਬਹੁਤ ਸ਼ਖਸੀਅਤਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਵੀ
ਸੰਧੂ ਸਾਹਿਬ ਨੇ ਜੋ ਜ਼ਿਕਰ ਕੀਤਾ ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਮੈਂ ਤਾਂ ਵਧਾਈ ਦੇਣ ਆਇਆ ਜਿੱਥੇ ਅੱਜ ਖੇਡ ਪ੍ਰੇਮੀਆਂ ਨੂੰ ਉੱਥੇ ਸਮੁੱਚੇ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਨ ਸਭਾ ਹਲਕੇ ਨੂੰ ਕਿ ਬਹੁਤ ਗਰਾਂਟਾਂ ਸਾਡੀ ਪਾਰਟੀ ਨੇ ਬੀਬੀ ਸੰਧੂ ਜੀ ਦੇ ਰਾਹੀਂ ਦਿੱਤੀਆਂ, ਪਰ ਅੱਜ ਸਭ ਤੋਂ ਵੱਡੀ ਚੀਜ਼ ਜੋ ਤੁਹਾਨੂੰ ਦਿੱਤੀ ਆ ਉਹ ਇੱਕ ਮਾਨਯੋਗ ਮੇਰੇ ਵੱਡੇ ਵੀਰ ਸੰਧੂ ਸਾਹਿਬ ਨੂੰ ਜਦੋਂ ਹਲਕੇ ਦਾ ਇੰਚਾਰਜ ਬਣਾਇਆ, ਇੱਕ SSP ਨੂੰ ਅਸੀਂ ਹਲਕਾ ਇੰਚਾਰਜ ਬਣਾ ਕੇ ਤੁਹਾਨੂੰ ਦਿੱਤਾ। ਇਹਦਾ ਬਹੁਤ ਵੱਡਾ ਲਾਭ ਤੁਹਾਨੂੰ ਹੋਣਾ, ਜਿਵੇਂ ਦੱਸ ਕੇ ਗਏ ਵੀ 27 ਸਾਲ ਦੀ ਸਰਵਿਸ ਦਾ ਫਾਇਦਾ ਜੇ ਕਿਸੇ ਇਲਾਕੇ ਨੂੰ ਹੋਊਗਾ ਤਾਂ ਸਭ ਤੋਂ ਜ਼ਿਆਦਾ ਚਮਕੌਰ ਸਾਹਿਬ ਨੂੰ ਹੋਏਗਾ। ਅਤੇ ਮੈਂ ਕਹਿ ਸਕਦਾ ਵੀ ਚਮਕੌਰ ਸਾਹਿਬ ਦੇ ਹੈੱਡਕੁਆਟਰ ਵੱਲੋਂ ਜਾਣੇ ਜਾਂਦੇ ਇਸ ਨਗਰ ਨੂੰ ਹੋਊਗਾ, ਕਿਉਂਕਿ ਇਸ ਨਗਰ ਦੀ ਦੇਣ ਹੁਣ ਇਹ ਦੁਨੀਆ ਜਾਣਦੀ ਆ। ਬੱਬੀ ਬਾਦਲ ਜੀ ਜ਼ਿਕਰ ਵੀ ਕਰਕੇ ਗਏ, ਧਨੋਆ ਸਾਹਿਬ ਦਾ, ਸਾਡੇ ਚੀਫ ਏਅਰ ਮਾਰਸ਼ਲ ਸਾਹਿਬ ਦਾ, ਜਿਨ੍ਹਾਂ ਦੀ ਬਦੌਲਤ ਅੱਜ ਦੇਸ਼ ਨੇ ਦੁਨੀਆ ਦੇ ਵਿੱਚ ਇੱਕ ਨਾਮ ਨਾ ਖੱਟਿਆ ਤੇ ਉਹ ਚੀਜ਼ ਕਰਕੇ ਦਿਖਾਈ ਜਿਹਦਾ ਕਿਤੇ ਅੰਦਾਜ਼ਾ ਵੀ ਨਹੀਂ ਸੀ ਲਾਇਆ ਜਾ ਸਕਦਾ। ਅੱਜ ਤੋਂ ਪਹਿਲਾਂ ਗੱਲਾਂ ਹੁੰਦੀਆਂ ਸੀ ਵੀ ਅਸੀਂ ਕਰ ਦਾਂਗੇ, ਕਰਕੇ ਦਿਖਾਵਾਂਗੇ, ਪਰ ਇਹ ਪਹਿਲੀ ਸਰਕਾਰ ਸੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਨ੍ਹਾਂ ਨੇ ਕਰਨ ਤੋਂ ਬਾਅਦ ਦੱਸਿਆ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਇਲਾਕੇ ਦੇ ਜੰਪਲ, ਇਸ ਪਿੰਡ ਦੇ ਜੰਪਲ, ਉਹਨਾਂ ਨੇ ਇਸ ਦੇਸ਼ ਦੀ ਬਹੁਤ ਵੱਡੀ ਅਗਵਾਈ ਕਰਕੇ ਜੋ ਮੋਰਚਾ ਮਾਰਿਆ, ਬਹੁਤ ਵੱਡਾ ਮਾਣ ਆਪਾਂ ਸਾਰਿਆਂ ਨੂੰ ਲੈ ਕੇ ਦਿੱਤਾ। ਤੇ ਖਾਸ ਤੌਰ ਤੇ ਪਾਰਲੀਮੈਂਟ ਦੇ ਵਿੱਚ ਸਾਨੂੰ ਇਹ ਦੱਸਣ ਨੂੰ ਮਿਲੇਗਾ ਵੀ ਜਿਸ ਬੰਦੇ ਨੇ ਇਹ ਕਾਰਨਾਮਾ ਕੀਤਾ ਉਹ ਸਾਡੇ ਹਲਕੇ ਦਾ ਬਸ਼ਿੰਦਾ। ਬਹੁਤ ਵੱਡੀਆਂ ਚੁਣੌਤੀਆਂ ਨੇ, ਅੱਜ ਧੱਕੇ ਦੀ ਖਿਲਾਫ ਗੱਲ ਚੱਲ ਰਹੀ ਸੀ, ਇਹ ਬਹੁਤ ਇੱਕ ਚੀਜ਼ ਮੈਂ ਕਹਿ ਸਕਦਾ ਡੈਮੋਕ੍ਰੇਸੀ ਸਿਸਟਮ ਦੇ ਵਿੱਚ, ਪਰ ਮੈਂ ਵਧਾਈ ਦੇਣਾ ਚਾਹੁੰਦਾ ਇੱਥੋਂ ਦੇ ਨਗਰ ਨਿਵਾਸੀਆਂ ਨੂੰ ਕਿ ਜਿਨ੍ਹਾਂ ਨੇ ਇਸ ਧੱਕੇ ਦਾ ਜੇ ਜਮਹੂਰੀਅਤ ਦੇ ਢੰਗ ਦੇ ਨਾਲ ਮੁਕਾਬਲਾ ਕੀਤਾ। ਆ ਸੜਕਾਂ ਤੇ ਜਾ ਕੇ ਜਿੱਥੇ ਆਪਸੀ ਮਿਲਵਰਤਨ ਪਿਆਰ ਦਿਖਾਇਆ ਉੱਥੇ ਚੁਣੌਤੀ ਵੀ ਦਿੱਤੀ ਸਮੇਂ ਦੀ ਸਰਕਾਰ ਨੂੰ। ਤੇ ਮੈਂ ਕਹਿ ਸਕਦਾ ਵੀ ਸਰਕਾਰਾਂ ਜੇ ਕਿਸੇ ਦੇ ਸਿਰ ਤੇ ਬਣਦੀਆਂ ਨੇ ਤਾਂ ਤੁਹਾਡੇ ਲੋਕਾਂ ਦੇ ਸਿਰ ਤੇ ਬਣਦੀਆਂ ਨੇ, ਨਾ ਕਿਤੇ ਜਾਲੀ ਪਰਚੀਆਂ ਤੇ ਜਾਲੀ ਡਾਂਗਾਂ ਦੇ ਸਿਰ ਤੇ ਬਣਦੀਆਂ ਨੇ। ਤੁਹਾਡੇ ਲੋਕਾਂ ਨੇ ਫੈਸਲਾ ਕਰਤਾ ਵੀ ਜਿੰਨੀ ਵੀ ਪੰਚਾਇਤ ਸੀ ਇੱਕ ਪਾਸੇ ਦੀ ਕਰਕੇ ਦਿਖਾਤੀ, ਤੇ ਦੂਜੇ ਪਾਸੇ ਬੇਸ਼ੱਕ ਸਰਪੰਚ ਬਣ ਗਿਆ ਕੋਈ, ਪਰ ਮੈਂ ਕਹਿ ਸਕਦਾ ਵੀ ਨਾ ਕਿਸੇ ਨੇ ਹਾਰ ਪਾਇਆ, ਨਾ ਕਿਸੇ ਨੇ ਜਸ਼ਨ ਮਨਾਇਆ। ਆ ਬੈਠੇ ਹੋ ਤੁਸੀਂ ਸਾਰੇ ਜਿਹੜੇ ਲੋਕਾਂ ਨੇ ਜਮਹੂਰੀਅਤ ਦਾ ਉਸ ਕਤਲ ਨੂੰ ਹੁੰਦਿਆਂ ਦੇਖਿਆ, ਅੱਜ ਲੋੜ ਆ ਵੀ ਉਸ ਪਰਚੀ ਦੇ ਨਾਲ ਉਸ ਜਮਹੂਰੀਅਤ ਦਾ ਮੁੱਲ ਮੋੜਨ ਦੀ। ਅੱਜ ਖੇਡ ਦੇ ਵਿੱਚ ਸਭ ਤੋਂ ਵੱਡੀ ਗੱਲ ਅਸੀਂ ਕਹਿੰਦੇ ਹਾਂ ਕਿ ਖੇਡ ਪ੍ਰੇਮੀ ਬਣੋ, ਖੇਡ ਦੀ ਸਪਿਰਿਟ ਤੁਸੀਂ ਕਰੋ। ਇਹ ਲੜਾਈ ਦੀ ਸਪਿਰਿਟ ਜੇ ਪੈਦਾ ਹੁੰਦੀ ਆ ਤਾਂ ਖੇਡਾਂ ਤੋਂ ਹੁੰਦੀ ਆ। ਦੂਜੀ ਗੱਲ, ਸਾਨੂੰ ਮੌਕਾ ਦਿੱਤਾ ਮੇਰੇ ਪਿਤਾ ਜੀ ਨੂੰ ਤੁਸੀਂ ਚੰਦੂ ਮਹਾਰਾਜ ਸਾਹਿਬ ਨੂੰ ਇੱਕ ਵੱਡਾ ਨਾਮਣਾ ਖੱਟ ਕੇ ਦਿੱਤਾ ਵੀ ਹਿੰਦੁਸਤਾਨ ਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ, ਪਹਿਲੇ ਟੌਪ ਦੇ 5 ਮੈਂਬਰ ਪਾਰਲੀਮੈਂਟਾਂ ਨੂੰ ਉਹਨਾਂ ਵਿੱਚ ਆਉਣ ਦਾ ਮੌਕਾ ਮਿਲਿਆ, ਤੁਹਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਸੀ। ਦੂਜੀ ਗੱਲ, ਖੇਡ ਨੂੰ ਉਤਸ਼ਾਹਿਤ ਕਰਨ ਲਈ ਅਸਾਂ ਮਲਕੀਤ ਸਿੰਘ ਖੱਟੜਾ ਸਾਹਿਬ ਬੈਠੇ ਨੇ, ਹਮੇਸ਼ਾ ਹੀ ਤਤਪਰ ਰਹਿੰਦੇ ਨੇ। ਇੱਕ ਗੱਲ ਮੰਗੀ ਵੀ ਸਭ ਤੋਂ ਪਹਿਲਾਂ ਘੜੂਏ ਤੋਂ ਸ਼ੁਰੂ ਕੀਤਾ ਜਾਵੇ। ਜਦੋਂ MP ਬਣੇ 4 ਲੱਖ ਰੁਪਏ ਦੀ ਗ੍ਰਾਂਟ ਇਸ ਨਗਰ ਨੂੰ ਦਿੱਤੀ, ਅੱਜ ਵੀ ਜਿਵੇਂ ਦਾ ਉਤਸ਼ਾਹ ਦੇਖ ਰਹੇ ਹਾਂ 1 ਲੱਖ ਰੁਪਇਆ ਹੋਰ ਬੀਬੀ ਸੰਧੂ ਜੀ ਦਾ ਹੁਕਮ ਹੋਇਆ ਸੀ। ਮੇਰੇ ਵੱਡੇ ਵੀ ਸਾਡੇ ਹਰਸਿਮਰ ਸਿੰਘ ਜੀ ਸੁਖੀ ਸੰਧੂ ਸਾਹਿਬ, ਉਹਨਾਂ ਦਾ ਹੁਕਮ ਹੋਇਆ ਸੀ 1 ਲੱਖ ਰੁਪਇਆ ਇਸ ਨਗਰ ਨੂੰ ਅਸੀਂ ਹੋਰ ਭੇਜ ਰਹੇ। ਦੂਜੀ ਗੱਲ, ਚੰਦੂ ਮਹਾਰਾਜ ਸਾਹਿਬ ਆਪ ਆ ਕੇ ਗਏ, ਬਹੁਤ ਵਧੀਆ ਖੇਡ ਤੁਸੀਂ ਖੇਡਦੇ ਹੋ, ਇੱਥੇ ਲੋੜ ਵੀ ਹੈ ਸਟੇਡੀਅਮ ਦੀ। ਭਾਰਤ ਸਰਕਾਰ ਦੀ ਇੱਕ ਮੁਹਿੰਮ ਆ ਖੇਲੋ ਇੰਡੀਆ ਦੇ ਨਾਂ ਦੇ ਉੱਤੇ, 2 ਕਰੋੜ ਰੁਪਏ ਦਾ ਪ੍ਰੋਜੈਕਟ ਦੀ ਜਿਹਦੀ ਸ਼ੁਰੂਆਤ ਜਿਸ ਦਿਨ ਚੰਦੂ ਮਹਾਰਾਜ ਸਾਹਿਬ ਇੱਥੇ ਆਏ ਸੀ ਦਿੱਲੀ ਦੇ ਵਿੱਚ ਕਰਤੀ, 2 ਕਰੋੜ ਰੁਪਇਆ ਇਸ ਨਗਰ ਦੇ ਵਿੱਚ ਖੇਡੋ ਖੇਲੋ ਇੰਡੀਆ ਦੇ ਨਾਂ 'ਤੇ ਆਉਣ ਲੱਗਣ ਜਾ ਰਿਹਾ। ਕਮੈਂਟੇਟਰ ਵੀਰਾਂ ਦਾ ਧੰਨਵਾਦ। ਬੇਨਤੀ ਕਰੂੰਗਾ
ਸਰਦਾਰ